अपने आप सात संगत दे विच बाणी सुन लग जावे
ਘਰ ਦੇ ਵਿੱਚ ਬੈਠਿਆਂ ਤੁਰਿਆਂ ਫਿਰਦਿਆਂ ਉਹ ਗੁਰੂ ਯਾਦ ਆਉਣ ਲੱਗ ਜਾਵੇ ਫਿਰ ਉੱਥੇ ਸਤ ਹੋ ਜਾਂਦਾ ਸਤ ਸੰਗਤ ਹੋ ਜਾਂਦੀ ਹੈ ਉਹਦੀ ਫਿਰ ਉਹਨੂੰ ਸਾਧ ਸੰਗਤ ਦੇ ਵਿੱਚ ਆ ਕੇ ਓਨੀ ਕਠਿਨ ਤਪੱਸਿਆ ਦੀ ਲੋੜ ਨਹੀਂ ਪੈਂਦੀ ਜਿੰਨੀ ਆਮ ਅਭਿਆਸੀ ਨੂੰ ਪੈਂਦੀ ਹੈ ਸੋ ਉਹ ਸਤ ਸੰਗਤ ਕਰਕੇ ਮਨ ਟਿਕਾਓ ਦੇ ਵਿੱਚ ਰਹਿੰਦਾ ਹਜ਼ੂਰ ਕਹਿੰਦੇ ਨੇ ਜੇ ਸਤਸੰਗਤ ਨਹੀਂ ਜਿਹਦੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਜਾਇਰ ਹੋਈ ਕਿੱਥੇ ਜਾਂ ਫਿਰ ਉਹਨਾਂ ਦਾ ਕੋਈ ਰੋਣ ਸੁਣਨ ਵਾਲਾ ਰਹੇ ਨਹੀਂ ਇਹ ਸਾਧ ਸੰਗਤ ਦਾ ਦਾਨ ਪ੍ਰਾਪਤ ਹੁੰਦਾ ਹੈ ਸੋ ਆਪਾਂ ਸਰਵਣ ਕਰਦੇ ਹਾਂ ਲਗਾਤਾਰ ਲੜੀਵਾਰ ਇਤਿਹਾਸ ਨੌ ਸਤਿਗੁਰਾਂ ਦਾ ਇਤਿਹਾਸ ਹੈ ਜਿਹੜਾ ਉਹ ਸੰਪੂਰਨ ਹੋਣ ਵਾਲਾ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸੱਚ ਦੇ ਉੱਤੇ ਪਹਿਰਾ ਦਿੰਦੇ ਹੋਏ ਔਰੰਗਜ਼ੇਬ ਨੂੰ ਲਲਕਾਰ ਗਏ ਹਨ ਸਰੀਰ ਦੀ ਕੁਝ ਪ੍ਰਵਾਹ ਨਹੀਂ ਕੀਤੀ ਗੁਰੂ ਪਿਤਾ ਨੇ ਸੱਚੇ ਗੁਰੂ ਨੇ ਏਡੀ ਬਹਾਦਰੀ ਨਾਲ ਆਪਣੇ ਸਰੀਰ ਦਾ ਠੀਕਰਾ ਔਰੰਗਜ਼ੇਬ ਦੇ ਮੱਥੇ ਮਾਰ ਕੇ ਤੇ ਸਤਿਗੁਰੂ ਸ਼ਹੀਦੀ ਦਾ ਜਾਮ ਪੀ ਗਏ ਨੇ ਸਰੀਰ ਹੈ ਜਿਹੜਾ ਔਰੰਗਜ਼ੇਬ ਨੇ ਬੜਾ ਜ਼ੋਰ ਲਾਇਆ ਵੀ ਸਰੀਰ ਰੁਲੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਦੇਹ ਹੈ ਰੁਲੇ ਪਰ ਬੇਟਾ ਸਮਰੱਥ ਸਤਿਗੁਰੂ ਸੀ ਉਹਨਾਂ ਦੇ ਸਮਰੱਥ ਸਿੱਖਾਂ ਨੇ ਸਰੀਰ ਹੈ ਸਰੀਰ ਦਾ ਸੰਸਕਾਰ ਕਰ ਦਿੱਤਾ ਭਾਈ ਲੱਕੀ ਸ਼ਾਹ ਲਵਾਣੇ ਨੇ ਤੇ ਜਿਹੜਾ ਸੀਸ ਹੈ ਗੁਰਦੇਵ ਦਾ ਉਹ ਕੀਰਤਪੁਰ ਸਾਹਿਬ ਆ ਰਿਹਾ ਹੈ ਉੱਥੋਂ ਕਥਾ ਦਸਮੇਸ਼ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ੁਰੂ ਹੁੰਦੀ ਹੈ ਦਸ ਗਿਆਰਾਂ ਸਾਲ ਦੀ ਉਮਰ ਹੈ ਮਹਾਰਾਜ ਨੂੰ ਵਰਿਆਈ ਮਿਲੀ ਨਹੀਂ ਹੈ ਜੇ ਇਹ ਸਤਿਗੁਰੂ ਜਦੋਂ ਦਿੱਲੀ ਜੇਲ੍ਹ ਦੇ ਵਿੱਚ ਸਨ ਉੱਥੋਂ ਕਥਾ ਸ਼ੁਰੂ ਕਰ ਦਿੱਤੀ ਕਵੀ ਸੰਤੋਖ ਸਿੰਘ ਜੀ ਗੁਰਿਆਈ ਭੇਜੀ ਹੈ ਮਹਾਰਾਜ ਨੇ ਸੋ ਸੀਸ ਆਉਂਦਾ ਹੈ ਉਹਦੇ ਵਿੱਚ ਇਹ ਗੱਲ ਆਉਂਦੀ ਦਿੱਲੀ ਤੇ ਸਿੱਖ ਪ੍ਰਥਮ ਯੁਗ ਮੰਨਿਓ ਆਏ ਸੁਦੇ ਤੇਗ ਬਹਾਦਰ ਸਤਿਗੁਰੂ ਪੜ੍ਹੋ ਭੇਟ ਪੋਦੇ ਸੋ ਸੀਸ ਦੇਣ ਤੋਂ ਪਹਿਲਾਂ ਸਤਿਗੁਰੂ ਜੀ ਨੂੰ ਪਤਾ ਲੱਗ ਗਿਆ ਜਿਹੜਾ ਦਰੋਗਾ ਸੀ ਉੱਥੇ ਦਾ ਉਹ ਬਾਅਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਆ ਗਿਆ ਤੇ ਚਰਨਾਂ ਵਿੱਚ ਆ ਕੇ ਉਹਨੇ ਨਮਸਕਾਰ ਕੀਤੀ ਮਹਾਰਾਜ ਮੈਨੂੰ ਆਪਣੀ ਹਜ਼ੂਰੀ ਦੇ ਅੰਦਰ ਰੱਖੋ ਉਹਨੇ ਹਕੀਮੀ ਕੀਤੀ ਹਕੀਮ ਬਣਿਆ ਤੇ ਮਹਾਰਾਜ ਦੇ ਸਿੱਖਾਂ ਦੀ ਉਹ ਸੇਵਾ ਕਰਦਾ ਰਿਹਾ ਦਰੋਗਾ ਸੀ ਉਹ ਦਿੱਲੀ ਦਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਸ਼ਨ ਕਰਕੇ ਉਹਦਾ ਮਨ ਬਦਲ ਗਿਆ ਮੁਸਲਮਾਨ ਸੀ ਉਹ ਜਿਹੜਾ ਸੱਚ ਹੈ ਸੱਚ ਸਾਰਿਆਂ ਦੇ ਉੱਤੇ ਅਸਰ ਪਾਉਂਦਾ ਚਾਹੇ ਕੋਈ ਮੁਸਲਮਾਨ ਹੈ ਚਾਹੇ ਕੋਈ ਹਿੰਦੂ ਹੈ ਚਾਹੇ ਕੋਈ ਸਿੱਖ ਹੈ ਤੋ ਸਤਿਗੁਰੂ ਦੇ ਦਰਸ਼ਨ ਦੇਖ ਕੇ ਸੱਚਾ ਜੀਵਨ ਦੇਖ ਕੇ ਦਰੋਗੇ ਦਾ ਮਨ ਬਦਲ ਗਿਆ ਤੇ ਜੇ ਕੋਈ ਗੁਰੂ ਜੀ ਨੂੰ ਮਿਲਣ ਆਉਂਦਾ ਸੀ ਉਹ ਬਿਨਾਂ ਕਿਸੇ ਦੇਰੀ ਤੇ ਸਿੱਖ ਨੂੰ ਚੱਕ ਕੇ ਗੁਰੂ ਗੋਬਿੰਦ ਸਮਾਰਕ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਬੁਲਾ ਦਿੰਦਾ ਸੀ ਤੇ ਔਰੰਗਜ਼ੇਬ ਨੇ ਜਿੰਨੀਆਂ ਸਖਤੀਆਂ ਕੀਤੀਆਂ ਹੋਈਆਂ ਸਨ ਉੱਤੋਂ ਉੱਤੋਂ ਤਾਂ ਸਖਤੀਆਂ ਸਨ ਪਰ ਵਿੱਚੋਂ ਨਮਸਕਾਰ ਕਰਕੇ ਭੁੱਲਾ ਬਖਸ਼ਾਉਂਦਾ ਸੀ ਸਤਿਗੁਰੂ ਮੇਰੀ ਇਹ ਡਿਊਟੀ ਲੱਗੀ ਹੈ ਡਿਊਟੀ ਮੈਨੂੰ ਪੂਰੀ ਕਰਨੀ ਪੈਂਦੀ ਹੈ ਮੇਰੀ ਭੁੱਲ ਇਹ ਬਖਸ਼ ਦਿਓ ਤੇ ਜੋ ਆਪ ਜੀ ਦਾ ਹੁਕਮ ਹੈ ਜੋ ਚਾਹੁੰਦੇ ਹੋ ਮੈਂ ਉਹ ਪੂਰਾ ਕਰਨ ਨੂੰ ਤਿਆਰ ਹਾਂ ਵਿੱਚੋਂ ਉਹ ਦਿਨੋਂ ਸੇਵਾ ਕਰਦਾ ਸੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੋ ਸਤਿਗੁਰੂ ਨੇ ਦਰੋਗੇ ਰਾਹੀਂ ਸਿੱਖ ਨੂੰ ਸੱਦਿਆ ਭੇਟਾ ਦਿੱਤੀ ਹੱਥ ਦੇ ਵਿੱਚ ਕਿ ਸਾਡੀ ਜ਼ਿੰਦਗੀ ਹੈ ਜਿਹੜੀ ਉਹ ਕੁਛ ਕੁ ਦਿਨਾਂ ਦੀ ਹੈ ਸਾਡੀ ਜ਼ਿੰਦਗੀ ਜਿਹੜੀ ਕੁਛ ਕੁ ਦਿਨਾਂ ਦੀ ਹੈ ਸੋ ਜਾ ਕੇ ਸਾਹਿਬਜ਼ਾਦੇ ਨੂੰ ਇਹ ਭੇਟਾ ਦੇ ਦੇਣੀ ਇਹ ਗੁਰਿਆਈ ਹੈ ਜਿਹੜੀ ਸਤਿਗੁਰੂ ਨੇ ਉੱਥੋਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਖਸ਼ ਕਰ ਦਿੱਤੀ ਪੈਸੇ ਪੰਜੋ ਸ੍ਰੀ ਪਰ ਸੁੰਦਰ ਗੁਰਤਾ ਅਰਪਣ ਕੀ ਵਿਧ ਜੋਏ ਪੰਜ ਪੈਸੇ ਤੇ ਦੁਨੀਆਂ ਦੀ ਸਾਰੀ ਵਿਭੂਤੀ ਹੈ ਜਿਹੜੀ ਉਹ ਪੰਜ ਪੈਸੇ ਸਤਿਗੁਰੂ ਅੱਗੇ ਭੇਟਾ ਕਰਦੇ ਸੀ ਜਦੋਂ ਗੁਰਿਆਈ ਦਿੱਤੀ ਜਾਂਦੀ ਸੀ ਨਾ ਤਾਂ ਸਤਿਗੁਰੂ ਦੇ ਅੱਗੇ ਪੰਜ ਪੈਸੇ ਇੱਕ ਨਾਰੀਅਲ ਨਾਰੀਅਲ ਕਿਉਂ ਹੈ ਨਾਰੀਅਲ ਬਾਹਰੋਂ ਉੱਪਰੋਂ ਹੋਰ ਤਰ੍ਹਾਂ ਦਾ ਲੱਗਦਾ ਪਰ ਵਿੱਚੋਂ ਬੜਾ ਸੁੰਦਰ ਹੈ ਸੋ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਰੇ ਸੰਸਾਰ ਇਹ ਦਰਸਾ ਦਿੱਤਾ ਸਤਿਗੁਰੂ ਜੀ ਨੇ ਕਿ ਅੰਦਰ ਮਨ ਵਾਹਿਗੁਰੂ ਦੇ ਨਾਲ ਜੁੜਿਆ ਹੋਣਾ ਚਾਹੀਦਾ ਬਾਹਰਲੀ ਜਿਹੜੀ ਮਰਯਾਦਾ ਹੈ ਬਾਹਰ ਦੁਨੀਆਂ ਦੇ ਵਿੱਚ ਚਾਹੇ ਗਰੀਬੀ ਹੋਵੇ ਅਮੀਰੀ ਹੋਵੇ ਉਹਦਾ ਕੋਈ ਫਰਕ ਨਹੀਂ ਅੰਦਰੋਂ ਵਾਹਿਗੁਰੂ ਨਾਲ ਸਦਾ ਜੁੜੇ ਹੋਣੇ ਚਾਹੀਦੇ ਸੋ ਇਹ ਦੋ ਚੀਜ਼ਾਂ ਪ੍ਰਤੀਕ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿੱਖ ਦੇ ਹੱਥ ਦੇ ਕੇ ਹੁਕਮ ਕਰ ਦਿੱਤਾ ਜਿੰਨੀ ਛੇਤੀ ਹੋ ਸਕਦਾ ਉੱਥੇ ਪਹੁੰਚ ਤੇ ਜਾ ਕੇ ਇਹ ਸਾਹਿਬਜ਼ਾਦੇ ਨੂੰ ਅਰਪਣ ਕਰ ਦੇਣੀ ਲੇਕਰ ਪੰਥ ਲਿਖਿਆ ਪ੍ਰਸਥਾਨੇ ਹੋ ਤੇਰੇ ਉਹਨਾਂ ਕਿਸ ਥਲ ਥੱਕ ਨਾ ਸੋਵੇ ਕਹਿੰਦਾ ਥੱਕਣਾ ਨਹੀਂ ਰੁਕਣਾ ਨਹੀਂ ਕਿਤੇ ਹੈ ਦਿੱਲੀ ਤੋਂ ਅਨੰਦਪੁਰ ਸਾਹਿਬ ਦੇ ਵਿੱਚ ਕਿੰਨਾ ਲੰਮਾ ਸਮਾਂ ਹੈ ਤੇ ਜਿਹੜੇ ਸਿੱਖ ਨੂੰ ਇਹ ਸੇਵਾ ਦਿੱਤੀ ਹੋਊ ਉਹ ਨੱਠਿਆ ਜਾਂਦਾ ਦੌੜਿਆ ਜਾਂਦਾ ਦੇਖ ਲਓ ਸਤਿਗੁਰੂ ਦੇ ਬਲ ਦੇ ਨਾਲ ਕਹਿੰਦੇ ਥੱਕਣਾ ਤੂੰ ਥੱਕੇਗਾ ਵੀ ਨਹੀਂ ਤੇ ਜਾ ਕੇ ਬਿਨਾਂ ਰੁਕੇ ਤੇ ਜਾਣਾ ਪਹੁੰਚਣਾ ਹੈ ਗੁਰ ਆ ਗਿਆ ਸੈਨਨ ਸਿਆ ਅਸਵਾਰੀ ਸੋ ਇੱਥੇ
महाकवि संतोख सिंह जी दया करते हैं, लिखते हैं कि गुरु आग्या, गुरु आग्या रूपी पालकी दे उत्ते सिख सवार हो, गुरु की आग्या रूप पालकी मिल गई, भाव हुक्म आता है, जिहड़ा हुक्म मनण करके बल इन्ना आता देह दे अंदर कि थकेवां नींद भुख सब भुल जाता है, चित उत्साह सूत तप होवे। सो उत्साह सी जिहड़ा चित दा इह रथवान बन गया, गुरु आग्या रूप सवारी मिल गई, आग्या रूप हुक्म रूप जिहड़ी सवारी सी उहदे उत्ते सवार हो के आग्या रूप ते चित उचित दा उत्साह सी जिहड़ा चाह सी वी मैं गुरु गोबिंद सिंह महाराज गुरु गोबिंद राय दे दर्शन करने में जाके इह भेटा अर्पण गुरियाई दी लैके जाणी है, इस चाह नाल गया पहुंचो आण आनंदपुर सो सिख कुशल कहत बूझै नर कोय। आनंदपुर दे विच आ गया, आनंदपुर दे विच सारे जाने पुछते हैं भी ठीक ठाक है, दिल्ली के कुछ वापरिया तो नहीं, भाणा तो नहीं वापरिया, हरेक सिख को उत्सुकता है भी की घटना की वापरी है। सवा पहर दिन आयो तिस छिन बैठे श्री गुरु गोबिंद राय, बैठे श्री गुरु बैठे श्री गोबिंद सिंह राय। सो सवा पहर दिन चढ़िया होया सी, उस वेले महाराज आ के दीवान दे विच दर्शन दिते गुरु गोबिंद सिंह सच पातशाह जी ने। जत समत सो जगत समस्त जो वरतै नितपत सो सब चित में विदतै आए, जो सारे जगत के वरतदा है, गुरु के सामने जिवें हत्थ दे उत्ते औला धरिया हुंदा इवें सारे जगत की कथा वार्ता है, सारे जगत के जो कुछ वापर रहा हुंदा गुरु नूं दिसदा हुंदा। इतक मसंद बिलंद चित जित चौं दिसमै तिम सिख सौंदा है। महाराज के अगे जिवें चंद्रमा के आले दुआले परिवार हुंदा है, तारे होंगे, इवें सारी सिख संगत सतगुरु के आले दुआले आ के जुड़ बैठी, महाराज के अगे दर्शन कर कर लोग प्रसन्न हो रहे हैं। केचित रहत समीप कदीमी केचित नए दर्शित आए, किन्ने क हजारा की गिणती जिहड़े पुराने सिख सन वह महाराज के कोल बैठे हैं, लखा की गिणती जिहड़े हैं वह नवे आ के महाराज के चरणों में जुड़े हैं। शीघ्र करत सिख पहुंचो तत्शन देख के सतगुरु गवाए, शीघ्र करत सिख पहुंचो तत्शन, तत्शन का मतलब है छेती छेती सत सिख सी जिहड़ा सतगुरु के चरणों में पहुंचना चाहता सी। सो पहुंचे देख उठे सतगुरु गवाए, जब सिख देखा भी काली नाल आ रहा है गुरु साहब जी अगों उठ के तेजी नाल अगवाई कर चले गए। गुरता पहुंची लगी नमो कर पुन बैठे सिंघासन आए, सतगुरु ने अंदरों पछाण लिया भी यह गुरियाई की जिम्मेवारी साढ़े वल आ रही है, तो सतगुरु ने उस सिख को लिया कौल से आ के आप सतगुरु जी सिंघासन के उत्ते विराजमान हो गए। धर पैसे आगे सब देखत ले श्री फल झोली में पाए, अगे पैसे रख दिते पांच पैसे ते श्री फल सतगुरां दे झोली विच पा दिता। हाथ बंद बंधन सिख कीनस पद अरबंधन सीस टकाए, हाथ बंध के सिख ने साहिबजादे गोबिंद राय दे चरणा ते नमस्कार कीती ते चरणा कमलों के उत्ते अपना सीस टका दिता। उन सिख ने सबर उन सिख ने सिख सभा सर्व को नवो करीब चौंतीस मुख देर, फिर सिख ने सारी सभा जिहड़ी संगत बैठी सी उतों गुरु चरणा तो सीस चक के सारी संगत वाल दोवें हाथ जोड़ के नमस्कार कीती, उन्होंने दर्शन किए। आसले सतगुरु की बैठे हो सनमुख सुंदर दर्शन हे, तो सतगुरु तो आग्या प्राप्त करके सिख सतगुरु के दर्शना का अमृत पीता हुआ सतगुरु के मूहरे आके बैठ गया। सुध बूझी सब लगे हो सुनावन तुर के शुभ के खोट वड़े, दसन लग गया भी ये सुध ये दिखती है महसूस ये होंगे जिड़ा रंगजेब है तुरकेश्वर के खोट वड़े, कि जिहड़ा तुरकेश्वर तुरकां दा मुखी रंगजेब है, जिहड़ा तुरक कौम सी इहनां दा मुखी रंगजेब, तुरकेश्वर रंगजेब दे दिल दे विच वड्डी खोट है, उहदा मन खोटा है सिख सिखां दे लई सिख गुरु साहिबानां दे लई। करत कठिनता अंक भांति नहि किसी जाने प्रभु दले, ਉਹ ਅਨੇਕ ਤਰ੍ਹਾਂ ਨਾਲ ਦੁੱਖ ਦਿੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਪਰ ਗੁਰੂ ਪਾਤਸ਼ਾਹ ਏਡੇ ਦਲੇਰ ਹਨ ਉਹਦੀ ਕੋਈ ਪਰਵਾਹ ਨਹੀਂ ਕਰ ਰਹੀ, ਬਹੁਤ ਤਰ੍ਹਾਂ ਦੇ ਦੁੱਖ ਦੇਣ ਲੱਗਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੇ। ਬਦਨ ਪਰ ਫੁੱਲਿਅਤ ਇੱਕ ਸਮ ਨਿਤ ਰਹਿ ਜਥਾ ਪ੍ਰਭਾਤ ਖਿਰਿਆ ਆਵਨ,
ਕਹਿੰਦੇ ਮਹਾਰਾਜ ਦਾ ਬਦਨ ਸਦਾ ਕਬਲ ਫਰਮਾ ਖੜਿਆ ਰਹਿੰਦਾ ਤੇ ਕਿਸੇ ਚੀਜ਼ ਦੀ ਉਹਨਾਂ ਨੂੰ ਪਰਵਾਹ ਨਹੀਂ ਹੈ। ਮੌਤ ਦਾ ਡਰ ਦੇਣ ਲੱਗਿਆ ਔਰੰਗਜ਼ੇਬ, ਪਰ ਗੁਰੂ ਸਾਹਿਬ ਦਾ ਬਦਨ ਹੈ ਜਿਹੜਾ ਸਦਾ ਖਿੜਿਆ, ਸਦਾ ਖੁਸ਼ਬੂਆਂ ਕਰਾਰਦਾ ਹੈ। ਪਠਾ ਨਰੰਗਾ ਕੁਮਤ ਮੁਲਾਨੇ ਜੇ ਸਿਆਨੇ ਅਮਰਾਵ ਬਲਿੰਦ, ਰੰਗਾ ਨੌਰ ਇਹਨੂੰ ਔਰੰਗਜ਼ੇਬ ਨੂੰ ਔਰੰਗਜ਼ੇਬ ਨਹੀਂ ਲਿਖਦੇ, ਮਹਾਕਵੀ ਸੰਤੋਖ ਸਿੰਘ ਇਹਨੂੰ ਨਰੰਗਾ ਹੀ ਦੱਸਦੇ ਨੇ। ਸੋ ਔਰੰਗਜ਼ੇਬ ਦਾ ਮਤਲਬ ਹੁੰਦਾ ਜਿਹੜਾ ਤਖਤ ਦਾ ਸ਼ੋਭਾ ਵਧਾਵੇ, ਜਿਹੜਾ ਤਖਤ ਦੀ ਸ਼ੋਭਾ ਵਧਾਵੇ ਉਹਨੂੰ ਔਰੰਗਜ਼ੇਬ ਕਹਿੰਦੇ। ਪਰ ਇਹ ਤਖਤ ਦੀ ਸ਼ੋਭਾ, ਮਹਾਕਵੀ ਕਹਿੰਦੇ ਨੇ ਤਖਤ ਦੀ ਸ਼ੋਭਾ ਕਿਵੇਂ ਵਧਾਉਂਦਾ, ਇਹ ਤਖਤ ਨੂੰ ਦਾਗ ਲਾਉਣ ਲੱਗਿਆ ਹੋਇਆ ਹੈ। ਜੋ ਕੁਛ ਕਾਜੀ ਅਮਰਾਬ, ਅਮਰਾਬ ਕਹਿੰਦੇ ਨੇ ਵੱਡੇ ਅਫਸਰ ਉਹਦੇ, ਜੋ ਕੁਛ ਕਾਜੀ ਅਤੇ ਵੱਡੇ ਅਫਸਰ ਨੇ ਜਿਹੜੇ ਉਹ ਪੜ੍ਹਾਉਂਦੇ ਨੇ, ਔਰੰਗਾ ਜਿਹੜਾ ਨਰੰਗਾ ਉਹੀ ਗੁਸਰਾਈ ਜਾਂਦਾ ਹੈ। ਕਰਾਮਾਤ ਕੁਛ ਕਰੋ ਦਿਖਾਵੋ, ਕਰਾਮਾਤ ਕੁਛ ਕਰੋ ਦਿਖਾਵਨ ਕਹਿ ਤਜ ਦੇਵੋ ਧਰਮ ਜੋ ਹੈ। ਸੋ ਕਾਜੀ ਔਰ ਮਲਾਣੇ ਜ਼ੋਰ ਲਾ ਰਹੇ ਨੇ, ਇਹ ਪਹਿਲਾਂ ਦੀ ਗੱਲ ਦਰਸਾ ਰਹੇ ਮਹਾਕਵੀ ਸੰਤੋਖ ਸਿੰਘ ਜੀ, ਅਤੇ ਇਹੀ ਗੱਲ ਸਾਰੀ ਦਰਸਾਏ ਵੀ ਨਹੀਂ ਲੈਂਦਾ ਧਰਮ ਛੱਡ ਦਿਓ, ਨਹੀਂ ਕਰਾਮਾਤ ਦਿਖਾ ਦਿਓ। ਦੇਖੋ ਬਾਦਸ਼ਾਹ ਦੇ ਕੰਨ ਕੈਸੇ ਹੁੰਦੇ ਨੇ। ਬਾਬਾ ਰਾਮ ਰਾਏ ਜੀ ਇਸੇ ਘਰ ਦੇ ਵਿੱਚੋਂ, ਤੇ ਬਾਬਾ ਰਾਮ ਰਾਏ ਜੀ ਨੇ ਜਿੰਨੀਆਂ ਔਰੰਗਜ਼ੇਬ ਨੇ ਕਰਾਮਾਤਾਂ ਕਰੀਆਂ ਸਾਰੀਆਂ ਦਿਖਾ ਦਿੱਤੀਆਂ, ਸਾਰੀਆਂ ਕਰਾਮਾਤਾਂ ਦਿਖਾ ਦਿੱਤੀਆਂ। ਬੰਦੇ ਮਰੇ ਹੋਏ ਜਿਉਂਦੇ ਦਿਖਾ ਦਿੱਤੇ, ਦੋ ਦੋ ਚੰਦਰਮਾ ਦਿਖਾ ਦਿੱਤੇ ਦਿੱਲੀ ਦੇ ਵਿੱਚ, ਜਿੰਦੇ ਲਾਏ ਹੋਏ ਬਾਦਸ਼ਾਹ ਦੇ ਕਮਰਿਆਂ ਦੇ ਵਿੱਚ ਜਿੰਦੇ ਲਾਏ ਹੋਏ, ਜਿੰਦੇ ਆਪਣੇ ਆਪ ਟੁੱਟ ਕੇ ਬਾਦਸ਼ਾਹ ਬਾਹਰ ਨਿਕਲ ਰਹੇ, ਬਾਬਾ ਰਾਮ ਰਾਏ ਜੀ ਬਾਹਰ ਨਿਕਲੇ ਆਉਂਦੇ ਸੀ, ਤੇ ਖੂਹ ਦੇ ਉੱਤੇ ਕੱਪੜਾ ਵਿਛਾਤਾ, ਖੂਹ ਦੇ ਉੱਤੇ ਬਾਬਾ ਰਾਮ ਰਾਏ ਜੀ ਬੈਠ ਗਏ। ਇੰਨੀਆਂ ਕਰਾਮਾਤਾਂ ਔਰੰਗਜ਼ੇਬ ਨੇ ਦੇਖੀਆਂ, ਤੇ ਉਹ ਮਹਾਰਾਜ ਦੇ ਦਾਦਾ ਸੇਵਕ ਸੀ, ਸਾਹਿਬਜ਼ਾਦਾ ਸੀ ਬਾਬਾ ਰਾਮ ਰਾਏ, ਤੇ ਗੁਰੂ ਤੇਗ ਬਹਾਦਰ ਮਹਾਰਾਜ ਸੁੰਦਰ ਹਨ ਕਰਾਮਾਤ। ਔਰੰਗਜ਼ੇਬ ਨੂੰ ਇੰਨੀ ਮੱਤ ਨਹੀਂ, ਉਹਦੀ ਇੰਨੀ ਮੱਤ ਕਸੀ ਹੋਈ ਹੈ, ਇੰਨੀ ਮੱਤ ਥੋੜ੍ਹੀ ਹੈ ਔਰੰਗਜ਼ੇਬ ਦੀ, ਕਿ ਉਹਨੂੰ ਇੰਨੀ ਅਕਲ ਨਹੀਂ। ਸਾਹਿਬਜ਼ਾਦੇ ਦੇ ਅੰਦਰ ਇੰਨੀਆਂ ਕਰਾਮਾਤਾਂ ਨੇ, ਇਹ ਗੁਰੂ ਹੈ, ਸੁੰਦਰ ਹੈ, ਇਹਦੇ ਅੰਦਰ ਕਿੰਨੀਆਂ ਕਰਾਮਾਤਾਂ ਹੋਣਗੀਆਂ, ਮੈਂ ਇਹਨਾਂ ਨੂੰ ਇੰਨਾ ਦੁੱਖ ਦੇਣ ਲੱਗੀ। ਪਰ ਮਹਾਰਾਜ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ, ਔਰੰਗਜ਼ੇਬ ਦੀ ਪਰਵਾਹ ਨਹੀਂ ਕੀਤੀ। ਧਰਮ ਅਸੀਂ ਕਹਿੰਦੇ ਛੱਡ ਨਹੀਂ ਸਕਦੇ, ਤੂੰ ਜੋ ਕੁਛ ਚਾਹੁੰਦਾ ਉਹ ਕਰ ਲੈ। ਸਰਬ ਸ਼ਰੋਗਣ ਸ਼ਰਾ ਜੇ ਆਵੋ ਵਧਾ ਦੀਨ ਤੋਂ ਮਨ ਹੈ ਬ੍ਰਿੰਦ, ਕਹਿੰਦੇ ਇਹ ਤਾਂ ਪੁਰਾਣੀਆਂ ਗੱਲਾਂ ਨੇ, ਤੈਨੂੰ ਜਿਹੜਾ ਲੂਣ ਔਰ ਹਲਦੀ ਵੇਚਣੇ ਵਾਲਾ ਹੈ ਉਹਨੂੰ ਫਕੀਰਾਂ ਦੀ ਰਮਜ ਦਾ ਕੀ, ਤੂੰ ਲੂਣ ਔਰ ਹਲਦੀ ਵੇਚਣੇ ਵਾਲਾ ਫਕੀਰ ਕੀ ਕਹਿੰਦੇ ਹਨ, ਫਕੀਰ ਕਿਵੇਂ ਵਿਚਰਦਾ ਹੈ, ਉਹਨਾਂ ਦੇ ਅੰਦਰ ਕੀ ਉਹਨਾਂ ਦਾ ਜੀਵਨ ਹੁੰਦਾ ਹੈ, ਇਹਦਾ ਤੈਨੂੰ ਕੀ ਪਤਾ ਹੈ। ਬਹੁਤ ਨੀਵੀਂ ਪੱਧਰ ਤੇਰੀ ਸੋਚ ਹੈ, ਦੇ ਵਿੱਚ ਕਸ਼ਮੀਰੀ ਆਪ ਜਿੱਤ ਜਗ ਤੁਮਰੀ ਦਿਸ਼ ਦੇਸ਼, ਦੇਖਤ ਸਭ ਕੋਏ ਫੇਰ ਨਾ ਫੇਰ ਹੈ, ਇਸ ਉਦੇਸ਼ ਮੈਂ ਮਨ ਹੈ ਕਰੋ ਤੁਰਕ ਜਗ ਹੋਵੇ। ਸੋ ਸਾਰਾ ਜਗ ਤੁਰਕ ਹੋ ਜੂਗਾ, ਸਾਰਾ ਜਗ ਮੁਸਲਮਾਨ ਬਣ ਜੂਗਾ, ਜੇ ਤੂੰ ਜੇ ਤੁਸੀਂ ਤੁਰਕ ਬਣ ਜਾਵੋ। ਕੋਈ ਤੁਹਾਡੀ ਕੋਈ ਵੀ ਇਸ ਮੁਲਕ ਦੇ ਵਿੱਚ ਜੇ ਤੁਸੀਂ ਹਿੰਦੂ ਧਰਮ ਛੱਡਦੇ ਹੋ, ਮੁਸਲਮਾਨ ਧਰਮ ਦੇ ਵਿੱਚ ਆ ਜਾਓ, ਕੋਈ ਵੀ ਤੁਹਾਡੀ ਕੋਈ ਵੀ ਇਸ ਹਿੰਦੁਸਤਾਨ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਦੀ ਆਗਿਆ ਮੋੜ ਨਹੀਂ ਸਕਦਾ, ਕਿਉਂਕਿ ਤੁਸੀਂ ਸ਼੍ਰੋਮਣੀ ਹੋ। ਇਮ ਚਿਤ ਚਾਹਤ ਨਹਿ ਜੇ ਅਦਰੁਚ, ਅਜਮਤ ਕਰੋ ਸ਼ਾਹ ਕਹਿ ਜੋਏ, ਨਹੀਂ ਜੇ ਨਾ ਤੁਸੀਂ ਕਰਨਾ ਚਾਹੁੰਦੇ ਤਾਂ ਅਜਮਤ ਕਰਾਮਾਤ ਦਿਖਾ ਦਿਓ। ਰਾਮ ਰਾਏ ਕੋ ਕਰੀ ਅਦਿਖੀ ਜਿਮ ਭਾਕੀ ਦਿਖਰਾਵਤ, ਸੋ ਰਾਮ ਰਾਏ ਨੇ ਫਿਰ ਉਧਾਰ ਦਿੰਦੇ ਨੇ ਵੀ ਰਾਮ ਰਾਏ ਨੇ ਕਿਹੜਾ ਕੁਛ ਕਰ ਦਿੱਤਾ ਉਹ ਤੁਸੀਂ ਵੀ ਕਰਕੇ ਦਿਖਾ ਦਿਓ। ਦਰਬ ਬ੍ਰਿੰਦ ਹਜ਼ਰਤ ਨੇ ਦੀਨਸ ਵੱਡ ਮਰਾਤ ਬਾਬਾ ਉਹਦਾ ਹੈ, ਲਾਲਚ ਦਿੰਦਾ ਹੈ ਔਰੰਗਜ਼ੇਬ ਤੇ ਏਡਾ ਵੱਡਾ ਮਰਾਤਬਾ ਪਾ ਲਿਆ। ਜਾਣੀ ਸਾਰਾ ਇਤਿਹਾਸ ਦੁਬਾਰਾ ਸੁਣਾ ਰਹੇ ਭਾਈ ਸਾਹਿਬ, ਉਹਨੂੰ ਏਡੀ ਵੱਡੀ ਜਾਇਦਾਦ ਦਿੱਤੀ, ਜਿਹੜਾ ਦੂਨ ਦਾ ਇਲਾਕਾ ਹੈ ਡੇਹਰਾਦੂਨ ਜਿਹੜਾ, ਉਹ ਬਾਬਾ ਰਾਮ ਰਾਏ ਨੂੰ ਔਰੰਗਜ਼ੇਬ ਦਾ ਹੀ ਦਿੱਤਾ ਹੋਇਆ। ਅੱਜ ਦੇਖੋ ਉਹਦੇ ਜਿਹੜੇ ਮਸੰਦ ਨੇ ਉੱਥੇ ਅੱਜ ਵੀ ਵੱਡੇ ਧੰਨ ਦੇ ਵਿੱਚ ਰਹਿੰਦੇ ਹਨ। ਜਿਤ ਕਿਤੇ ਸਭ ਸੰਗਤ ਹੋਈ ਵਧਿਓ ਸਮਾਜ ਸੁਜਸ ਜਗ ਵਾਹੇ, ਜਿੰਨਾ ਇੰਨਾ ਧਨ ਪ੍ਰਾਪਤ ਹੋਵੇਗਾ ਬੜਾ ਜਸ ਵਧੇਗਾ ਜਗ ਦੇ ਵਿੱਚ। ਬਸੋ ਸ਼ਾਹ ਕੇ ਦੇਸ਼ਨ ਮੈਂ ਤੁਮ ਕੁਝ ਬਾਬੋ, ਜਿਤ ਦਿਸ਼ ਚਲ ਜਾਏ। ਸੋ ਇਹ ਲਾਲਚ ਹਨ ਹਕੂਮਤਾਂ ਦਿੰਦੀਆਂ, ਜੇ ਇੰਨਾ ਕੁਛ ਦੇਵਾਂਗੇ ਸਾਰੀ ਦੁਨੀਆਂ ਜਿਹੜੀ ਹੈ ਉਹ ਆਪਦਾ ਸਤਿਕਾਰ ਕਰੇਗੀ। ਬੰਦੇ ਨੂੰ ਧਰਮ ਤੋਂ ਵਿਗਾਉਣ ਦੇ ਲਈ, ਉਹਦਾ ਧਰਮ ਖੋਹਣ ਦੇ ਲਈ ਇਹ ਲਾਲਚ ਦਿੱਤੇ ਜਾਂਦੇ, ਜਿਹਨਾਂ ਦਾ ਮਨ ਕਮਜ਼ੋਰ ਹੋਵੇ ਸਾਧ ਸੰਗਤ ਤੋਂ ਡਿੱਗ ਪੈਂਦੇ।
ਹੁਣ ਤਾਂ ਕਹਿੰਦੀਆਂ ਨੇ ਵੀ ਤੈਨੂੰ ਸੁੱਖ ਮਿਲਣਗੇ, ਸੁੱਖ ਨਹੀਂ ਉਹਦੇ ਨਾਲ ਵੀ 10 ਗੁਣਾ 100 ਗੁਣਾ 1000 ਗੁਣਾ ਦੁੱਖ ਉਹਦੀ ਜ਼ਿੰਦਗੀ ਦੇ ਵਿੱਚ ਆਉਂਦਾ ਜਿਹਨੇ ਧਰਮ ਛੱਡ ਦਿੱਤਾ ਹੈ। ਵੇਦ ਵਿਆਸ ਦੇਖੋ ਕਿੱਡਾ ਵੱਡਾ ਰਿਸ਼ੀ ਹੋਇਆ ਹੈ ਜਿਹਨੇ ਹਿੰਦੂ ਧਰਮ ਦੇ ਤਕਰੀਬਨ ਸਾਰੇ ਹੀ ਗ੍ਰੰਥ ਲਿਖੇ ਹਨ। ਉਹ ਅਖੀਰ ਦੇ ਵਿੱਚ ਮਹਾਂਭਾਰਤ ਦੇ ਵਿੱਚ ਦੋਵੇਂ ਹੱਥ ਖੜੇ ਕਰਕੇ ਕਹਿੰਦਾ, ਮੈਂ ਕਹਿੰਦਾ ਮੈਂ ਲੋਕਾਂ ਨੂੰ ਵਾਰ ਵਾਰ ਕਹਿਣਾ ਹੈ ਬਈ ਧਰਮ ਦੇ ਪੈਸੇ ਦੇ ਲਈ, ਰਾਜ ਦੇ ਲਈ, ਲਾਲਚ ਦੇ ਲਈ ਕਦੇ ਲੋਕੋ ਧਰਮ ਨਾ ਛੱਡੇ। ਜਾਨ ਜਾਂਦੀ ਹੈ ਚਲੇ ਜਾਓ, ਆਪਣਾ ਧਰਮ ਕਦੇ ਨਾ ਛੱਡਿਓ। ਜਿਹਨੇ ਧਰਮ ਛੱਡਤਾ ਉਹਨੇ ਸਾਰਾ ਕੁਛ ਖੋ ਲਿਆ, ਜਿਹਨੇ ਧਰਮ ਛੱਡ ਦਿੱਤਾ ਸਭ ਕੁਛ ਖੋ ਲਿਆ, ਉਹਨੂੰ ਕੁਛ ਵੀ ਪ੍ਰਾਪਤ ਨਹੀਂ ਹੁੰਦਾ। ਕਹਿੰਦਾ ਲੋਕ ਮੇਰੀ ਸੁਣਦੇ ਕਿਉਂ ਨਹੀਂ, ਦੁਨੀਆਂ ਦੀ ਮਾਤਾ ਨੂੰ ਕੀ ਹੋਇਆ ਹੋਇਆ, ਰੋਂਦਾ ਅਖੀਰ ਦੇ ਵਿੱਚ ਏਡਾ ਵੱਡਾ ਮਹਾਰਿਸ਼ੀ। ਸੋ ਕਿਉਂ ਕਰਕੇ ਹੁਣ ਮਨ ਹੈ ਇਸਕੋ ਦੇਹੋ ਅਜਮਤ ਨਹਿ ਕੀਜੈ ਰਾਹੇ ਗੁਰੂ ਕਹੇ ਮੂਰਖ ਚੌਗਤਾ। ਸੋ ਸਤਿਗੁਰੂ ਨੂੰ ਜਦੋਂ ਇੰਨੇ ਲਾਲਚ ਦਿੱਤੇ ਗਏ, ਗੁਰੂ ਤੇਗ ਬਹਾਦਰ ਮਹਾਰਾਜ ਨੇ ਜਿਹੜੇ ਭਜਨ ਕਹੇ ਸੁਣਨ ਵਾਲੇ ਨੇ ਮਹਾਂਕਵੀ ਦੇ ਲਿਖੇ, ਗੁਰੂ ਕਹੋ ਮੂਰਖ ਚਬ ਦਿੱਤਾ। ਜਿਹੜਾ ਮੁਗਲਾਂ ਦਾ ਇਹਦਾ ਗੋਦ ਸੀ, ਬਾਬਰ ਦਾ ਗੋਦ, ਉਹ ਚਬ ਦਿੱਤਾ ਗੋਦ ਸੀ। ਐਨ ਜੜਾਂ ਦੇ ਵਿੱਚ ਮਹਾਂਕਵੀ ਗਿਆ ਹੈ, ਇਹਨਾਂ ਨੂੰ ਚੁਗੱਤੇ ਵੀ ਕਹਿ ਦਿੰਦੇ ਨੇ ਤੁਰਕਾਂ ਨੂੰ। ਸੋ ਕਹਿੰਦੇ ਗੁਰੂ ਕਹੋ ਮੂਰਖ ਚਬ ਦਿੱਤਾ, ਦੁਸ਼ਟ ਕਪੱਤਾ ਮਤਾ ਮੰਦ। ਕਹਿੰਦੇ ਇਹ ਮੂਰਖ ਨੂੰ ਇਹ ਚਵਤੇ ਗੋਦ ਦਾ ਤੁਰਕ ਹੈ ਜਿਹੜਾ, ਇਹ ਦੁਸ਼ਟ ਹੈ, ਮਤ ਮਾੜੀ ਹੈ ਇਸਦੀ, ਕੁਪੱਤਾ ਲੜਨ ਵਾਲਾ ਹੈ, ਇੱਜ਼ਤ ਨਹੀਂ ਕਿਸੇ ਦੀ ਕਰਦਾ ਨਾ ਆਪਣੀ ਇੱਜ਼ਤ ਇਹਨੂੰ ਪਿਆਰੀ ਹੈ। ਮਤਾ ਮੰਦ, ਮੰਦੀ ਮਤ ਵਾਲਾ, ਭੈੜੀ ਮਤ ਵਾਲਾ, ਦੁਰਮਤ ਰੱਤਾ, ਭੈੜੀ ਮਤ ਦੇ ਵਿੱਚ ਰੰਗਿਆ ਹੋਇਆ, ਭੈੜੀ ਮਤ ਨੂੰ ਪਿਆਰ ਕਰਨ ਵਾਲਾ। ਹੋਏ ਬਿਨ ਸੱਤਾ, ਹੋਏ ਬਿਨ ਸੱਤਾ ਹੁੱਤਾ ਤੁਰਕ ਤੇਜ ਬਲੰਦੀ, ਛੇਤੀ ਹੀ ਇਹ ਤਾਕਤ ਤੋਂ ਰਹਿਤ ਹੋ ਜਾਵੇਗਾ। ਸਤਿਗੁਰੂ ਦੇ 7 ਵਚਨ ਦਰਸਾ ਦਿੱਤੇ ਨੇ ਵੀ ਇਹਨੂੰ ਆਪਣੀ ਤਾਕਤ ਦਾ ਮਾਣ ਹੈ, ਤਾਕਤ ਦੇ ਮਾਣ ਕਰਕੇ ਪਾਪ ਕਰਨ ਲੱਗਿਆ। ਇਹ ਮੂਰਖ ਚੌਗਤਾ ਜਿਹੜਾ ਛੇਤੀ ਹੀ ਸੱਤਾ ਤੋਂ ਬਾਹਰ, ਤਾਕਤ ਤੋਂ ਬਾਹਰ ਹੋ ਜਾਵੇਗਾ। ਜਿਹੜੇ ਤੁਰਕਾਂ ਦਾ ਤੇਜ ਇੰਨਾ ਬੁਲੰਦ ਹੈ, ਜਿਹੜਾ ਉੱਚਾ ਦੇਖ ਰਿਹਾ ਹੈ, ਇਹ ਸੱਤਿਆ ਨਾਸ ਹੋ ਜਾਵੇਗੀ ਤੇ ਤੁਰਕ ਤੇਜ ਵੀ ਨਾਸ ਹੋ ਜਾਵੇਗਾ। ਝੱਖ ਮਾਰ ਤੱਤਾ, ਝੱਕ ਮਾਰ ਕੇ ਬਿਨਾਂ ਮਤਲਬ ਤੋਂ, ਬਿਨਾਂ ਕਿਸੇ ਸੁੱਧ ਬੁੱਧ ਤੋਂ ਇਹ ਤੱਤੇ ਬੋਲ ਬੋਲਦਾ, ਕੌੜੇ ਬੋਲ ਬੋਲਦਾ। ਹੋਏ ਘਰ ਮੱਤਾ, ਨਸ਼ਿਆਂ ਦੇ ਵਿੱਚ ਗਾਲੀ ਹੋਈ ਬੰਦ ਕਰਕੇ ਬਣੈ ਉਹ ਬੱਤਾ ਘੱਤਾ ਦੁੰਦ। ਸੋ ਇਹ ਇਹੋ ਜਿਹਾ ਹੈ ਜਿਹੜਾ ਅਵੈੜਾ ਬੋਲ ਬੋਲਦਾ ਤੇ ਬਿਨਾਂ ਮਤਲਬ ਤੋਂ ਰੌਲਾ ਪਾਉਂਦੇ, ਦੁੰਦ ਦਾ ਮਤਲਬ ਰੌਲਾ ਪਾਉਣਾ। ਗੁਰਵਰ ਦਿੱਤਾ ਬਾਬਰ ਲਿੱਤਾ, ਇਹ ਖੋਵੈ ਤਿਸ ਨੱਤਾ ਆਨੰਦ। ਸੋ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਬਾਬਰ ਬਣਿਆ ਸੀ। ਬਾਬਰ ਨੇ ਜਦੋਂ ਦਰਸ਼ਨ ਕੀਤੇ ਗੁਰੂ ਸਾਹਿਬ ਜੀ ਦੇ ਤਾਂ ਉਹ ਨਮਸਕਾਰ ਕਰਕੇ ਉਹਨੇ ਖਿਮਾ ਮੰਗੀ। ਇਹ ਅਫਸੋਸ ਕੀਤਾ ਵੀ ਜੇ ਇਹੋ ਜਿਹਾ ਫਕੀਰ ਮੈਨੂੰ ਹਮਲਾ ਕਰਨ ਤੋਂ ਪਹਿਲਾਂ ਮਿਲ ਜਾਂਦਾ, ਮੈਂ ਹਿੰਦੁਸਤਾਨ ਦੇ ਉੱਤੇ ਕਦੇ ਹਮਲਾ ਨਾ ਕਰਦਾ। ਜਦੋਂ ਬਾਬਰ ਨੇ ਸ਼ਰਾਬ ਪੇਸ਼ ਕੀਤੀ ਗੁਰੂ ਜੀ ਨੂੰ ਤਾਂ ਮਹਾਰਾਜ ਨੇ ਵਚਨ ਕੀਤਾ ਵੀ ਤੂੰ ਇਹ ਸ਼ਰਾਬ ਜਿਹੜੀ ਪੀਣਾ ਇਹ ਅੱਜ ਪੀਣਾ, ਸ਼ਾਮ ਨੂੰ ਪੀਣਾ, ਸਵੇਰ ਨੂੰ ਉੱਤਰ ਜਾਂਦੀ ਹੈ। ਤੇ ਅਸੀਂ ਜਿਹੜੀ ਸ਼ਰਾਬ ਪੀਂਦੇ ਹਾਂ, ਜਿਹੜੀ ਨਾਮ ਦੀ ਸ਼ਰਾਬ ਪੀਂਦੇ ਹਾਂ, ਉਹ ਕਦੇ ਉੱਤਰਦੀ ਨਹੀਂ। ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨਰਾਤ, ਇਹ ਬਾਣੀ ਦਾ ਵਚਨ ਨਹੀਂ, ਇਹ ਬਾਹਰ ਦੀ ਬਾਣੀ ਹੈ, ਕੱਚੀ ਬਾਣੀ ਜਿਹਨੂੰ ਕਹਿੰਦੇ ਆ। ਮਹਾਂ ਭਾਵੇਂ ਪਿੱਟੀ ਜਾਂਦੇ ਬੱਚੇ, ਮਿਹਰਬਾਨ ਦੀ ਬਾਣੀ ਦੇ ਵਿੱਚੋਂ ਹੈ। ਸੋ ਉਹ ਉਸ ਵੇਲੇ ਉਹਨੇ ਅਰਦਾਸ ਕੀਤੀ ਵੀ ਮੈਂ ਹਿੰਦੁਸਤਾਨ ਦੇ ਉੱਤੇ ਰਾਜ ਕਰਨਾ ਚਾਹੁੰਦਾ। ਤੇ ਗੁਰੂ ਬਾਬਾ ਜੀ ਕਹਿਣ ਲੱਗੇ ਕਿ ਹਿੰਦੁਸਤਾਨ ਤੇ ਜੇ ਰਾਜ ਕਰਨਾ, ਰਾਜਾ ਜਿਹੜਾ ਹੈ ਨਿਆਂ ਕਰੇ, ਜਦ ਨਿਆਂ ਕਰਦਾ ਤਾਂ ਨਿਆਂ ਕਰਨ ਦੇ ਨਾਲ ਰਾਜ ਭਾਗ ਵੱਜਦਾ। ਜੇ ਰਾਜੇ ਨੇ ਨਿਆਂ ਖੋ ਦਿੱਤਾ, ਰਾਜ ਭਾਗ ਨਾਸ ਹੋ ਜਾਂਦਾ। ਨਿਆਂ ਕਰ ਪਰ ਜਦ ਪੁੱਤਾਂ ਵਾਂਗਣ ਪਾਲ ਰਾਜ ਮਿਲਦੇ। ਸੋ ਉਹਨੇ ਇਹ ਅਸੂਲ ਪੜਿਆ ਤੇ ਇਸੇ ਅਸੂਲ ਕਰਕੇ ਜਿਹੜਾ ਹੈ ਬਾਬਰ, ਹਮਾਜੂ, ਅਕਬਰ, ਜਹਾਂਗੀਰ, ਸ਼ਾਹਜਹਾਂ ਤੇ ਔਰੰਗਜ਼ੇਬ, ਇਹ ਸਾਰੇ ਬਾਦਸ਼ਾਹ ਬਣਦੇ ਆ। ਸੋ ਹੁਣ ਗੁਰੂ ਜੀ ਦੀ ਇਸ ਸੱਤਾ ਨੂੰ ਚੈਲੰਜ ਕਰ ਦਿੱਤਾ। ਜਿਹੜੇ ਗੁਰੂ ਨੇ ਦਾਨ ਦਿੱਤਾ, ਉਪਦੇਸ਼ ਦਿੱਤਾ, ਕਮਾਇਆ, ਉਸ ਉਪਦੇਸ਼ ਨੂੰ ਤੋੜਨ ਲੱਗ ਗਏ, ਉਸ ਗੁਰੂ ਦੀ ਹੀ ਸੱਤਾ ਨੂੰ ਵੰਗਾਰਨ ਲੱਗ ਪਏ। ਕਹਿੰਦੇ ਗੁਰਵਰ ਦਿੱਤਾ ਬਾਬਰ ਲਿੱਤਾ, ਇਹ ਖੋਵੈ ਕਿਸ ਨੰਦਾ ਇਸ ਨੰਦਾ ਨੰਦ। ਜਿਹੜਾ ਸ਼ਾਹਜਹਾਂ ਪੜਪੋਤਾ ਬਣਦਾ ਬਾਬਰ, ਪੜਪੋਤੇ ਨੂੰ ਨੱਤਾ ਵੀ ਕਹਿ ਦਿੰਦੇ, ਪੜਪੋਤੇ ਦਾ ਪੁੱਤ ਔਰੰਗਜ਼ੇਬ। ਕਹਿੰਦੇ ਗੁਰਵਰ ਦਿੱਤਾ ਬਾਬਰ ਲਿੱਤਾ, ਇਹ ਖੋਵੈ ਤਿਸ ਨੰਦਾ ਨੰਦ, ਇਹ ਖੋਵੈ ਤਿਸ ਦੱਤਾ ਨੰਦ।
गुरु बाबा जी ने भर दिता, बाबर ने लिया, गाहां इह पड़तोते तक गद्दी आ गई इन्हां दी। पड़तोता जिहड़ा नत्ता है इह इहो जिहे कर्म कर रिहा, रंग जे इहो जिहे कर्म कर रिहा वी इह राजपाल हो देवे। बाबर दा पोता शाहजहां, शाहजहां दा जिहड़ा नंद है, शाहजहां दा नंद औरंगजेब, इहदे कर्म इह जिहे ने इहने राजभाग सारा खो देना है। करामात को कह कर जन, करामात को कह कहर जन, दरवेशन को ऐस न का। ये करामात देखनी चाहुंदा है, जिहड़े दरवेश हुंदे ने, फकीर हुंदे ने रब दे, वह करामात नूं कहर मंनदे ने। वह इह इस नूं ड्रामा नाटक जेट समझदे, नाटक जेट करदे करा प्रभ लोग नूं कहे आवत लाज। नाटक जेट किए कुछ गाजा प्रभ लोग नूं कहे आवत लाजा। दशमेश ने चित्र नाटक दे विच इह वचन कहे हन, ਕਹੋ ਪ੍ਰਭੂ ਦੇ ਲੋਕਾਂ ਨੂੰ ਲਾਜ ਆਉਂਦੀ ਹੈ, ਉਹ ਨਹੀਂ ਦਿਖਾਉਣਾ ਚਾਹੁੰਦੇ ਕਰਾਮਾਤ ਨੂੰ। ਅਧਿਕ ਧਰਮ ਧਨ, ਅਧਿਕ ਧਰਮ ਧਨ ਧਰੈ ਨਾ ਛੋਰੈ, ਨਿਜ ਨਿਜ ਪ੍ਰੈ ਸਭ ਕੋ ਸੁਖ ਸਾਜ, ਈਸ਼ਰ ਕਰੈ ਮੇਟ ਕੋ ਸਾਕੈ, ਹਠ ਜੋ ਕਰੈ ਮੂਰ ਮਤ ਪਾਜ। ਸੋ ਧਰਮ ਦੇ ਧਨ ਨੂੰ ਉਹ ਵਧਾਉਂਦੇ, ਮਹਾਂਪੁਰਖ ਹੈ ਜਿਹੜਾ ਉਹ ਆ ਕੇ ਧਰਮ ਦੇ ਧਨ ਨੂੰ ਵਧਾਉਂਦਾ ਹੈ, ਉਸ ਧਰਮ ਨੂੰ ਛੱਡਦਾ ਨਹੀਂ ਹੈ। ਨਿਜ ਨਿਜ ਪ੍ਰਿਆ ਸਭ ਕੋ ਸੁਖ ਸਾਜ, ਸਾਰਿਆਂ ਨੂੰ ਆਪਣਾ ਆਪਣਾ ਧਰਮ ਪਿਆਰਾ ਹੁੰਦਾ, ਮਹਾਂਪੁਰਖਾਂ ਨੂੰ ਆਪਣਾ ਧਰਮ ਪਿਆਰਾ ਹੁੰਦਾ, ਹਰੇਕ ਬੰਦੇ ਨੂੰ ਆਪਣਾ ਆਪਣਾ ਧਰਮ ਪਿਆਰਾ ਹੁੰਦਾ। ਸੋ ਜਿਹੜਾ ਕਿਸੇ ਦੇ ਧਰਮ ਨੂੰ ਹੋਣ ਲੱਗਦਾ ਨਾ, ਉਹ ਦੁੱਖ ਪਾਉਂਦਾ। ਜਿਵੇਂ ਮਾਂ ਨੂੰ ਆਪਣਾ ਪੁੱਤ ਪਿਆਰਾ ਹੁੰਦਾ, ਪੁੱਤ ਨੂੰ ਮਾਂ ਪਿਆਰੀ ਹੁੰਦੀ ਹੈ, ਇਸ ਤਰ੍ਹਾਂ ਹਰ ਧਰਮ ਹੈ ਜਿਹੜਾ ਇਹ ਮਾਂ ਦੀ ਤਰ੍ਹਾਂ ਹੁੰਦਾ। ਹਰੇਕ ਬੰਦੇ ਨੂੰ ਆਪਣਾ ਆਪਣੀ ਮਾਂ ਪਿਆਰੀ ਹੁੰਦੀ, ਚਾਹੇ ਕਿਹੋ ਜਿਹੀ ਹੋ। ਜਿਹੜਾ ਬੰਦਾ ਕਿਸੇ ਦੀ ਮਾਂ ਦੀ ਨਿੰਦਿਆ ਕਰੇ ਵੀ ਤੇਰੀ ਮਾਂ ਸੋਹਣੀ ਨੀ, ਤੇਰੀ ਮਾਂ ਐਸੇ ਕੰਮ ਕਰਦੀ ਹੈ, ਮਾਂ ਨੂੰ ਗਾਲ ਕੱਢਦੇ ਹੋਏ ਅਗਲਾ ਮਰਮ ਮਰਮ ਤੱਕ ਚਲੇ ਜਾਂਦਾ, ਕੋਈ ਨਹੀਂ ਸੁਣਦਾ ਆਪਣੇ ਮਾਂ ਪਿਓ ਦਾ ਦਰ ਭੈੜਾ। ਸੋ ਇਸ ਕਰਕੇ ਇਸੇ ਤਰ੍ਹਾਂ ਧਰਮ ਹੁੰਦਾ ਹੈ ਜਿਹੜਾ ਧਰਮ ਦੀ ਕਿਸੇ ਦੀ ਨਿੰਦਿਆ ਕਰਦਾ ਹੈ। ਧਰਮ ਹਰੇਕ ਨੂੰ ਆਪਣਾ ਆਪਣਾ ਪਿਆਰਾ ਹੁੰਦਾ। ਈਸ਼ਵਰ ਕਰੈ ਮੇਟ ਕੋ ਸਾਕੈ, ਜਿਹੜਾ ਈਸ਼ਵਰ ਕਰਦਾ ਹੈ ਉਹਨੂੰ ਕੌਣ ਮੇਟ ਸਕਦਾ ਹੈ। ਹਠ ਜੋ ਕਰੈ ਮੂਢ ਮਤ ਪਾਜ, ਜਿਹੜਾ ਹਠ ਕਰਦਾ ਹੈ ਕਿਸੇ ਦੇ ਧਰਮ ਨੂੰ ਵਿਗਾੜਨ ਦੇ ਲਈ, ਉਹਨੂੰ ਮੂਰਖ ਕਿਹਾ ਜਾਂਦਾ, ਮੂਢ ਮਤ ਕਿਹਾ ਜਾਂਦਾ। ਮਿਰਦੁਰ ਕਠਿਨ ਇਤਿਆਦਿਕ ਭਾਕੇ, ਸੁਣ ਕਰ ਦੁੱਖ ਦੁਖੈ ਅਧਿਕ ਉਰ ਮਾਹੇ। ਮਿੱਠੇ ਵਚਨ ਕਹੇ ਹੋਏ ਵੀ ਔਰੰਗਜ਼ੇਬ ਨੂੰ ਔਖੇ ਲੱਗਦੇ ਸਨ। ਹੁਣ ਗੁਰਮੁਖ ਕਹੋ ਕੀਨ ਅਵਾਹਨ, ਜਮਾਦਾਰ ਕਾਰਾ ਗ੍ਰਹਿਤਾ ਹੈ। ਸੋ ਸਾਰੀਆਂ ਗੱਲਾਂ ਦੱਸ ਕੇ ਕਹਿੰਦੇ ਵੀ ਜਮਾਦਾਰ ਰਾਹੀਂ ਇਹ ਜਿਹੜਾ ਗੁਰਗੱਦੀ ਦਾ ਸਮਾਨ ਲੈ ਕੇ ਗੁਰਸਿੱਖ ਆ ਰਿਹਾ, ਉਹ ਦਰਸਾ ਰਿਹਾ ਸਾਰੀ ਕਹਾਣੀ। ਇਹ ਮੈਨੂੰ ਸਤਿਗੁਰੂ ਜੀ ਨੇ ਸੱਦਿਆ, ਸੋ ਗੁਰੂ ਸੇਵਕ ਹੋਏ ਅਨੁਕੂਲੀ, ਪਠੋ ਜੇ ਸਿੱਖ ਮਿਲਾਵੈ ਵਾਹੇ। ਬੰਦਾ ਚਰਨ ਕਮਲ ਸ਼ਰਧਾਲੂ, ਮੁਝਲੇ ਗਏ ਪ੍ਰਭੂ ਕੋ ਪਾਹੇ। ਤੋ ਮੈਨੂੰ ਸਤਿਗੁਰੂ ਦੇ ਚਰਨਾਂ ਵਿੱਚ ਦਰੋਗਾ ਲੈ ਗਿਆ ਤੇ ਜਾ ਕੇ ਮੈਂ ਨਮਸਕਾਰ ਕੀਤੀ। ਗੁਰ ਬੋਲੇ ਹਮ ਅਲਪ ਆਰਬਲ। ਸੋ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਉਸ ਸਿੱਖ ਨੂੰ ਜਦੋਂ ਕੋਲ ਬੁਲਾ ਲਿਆ ਗੁਰਿਆਈ ਦੇਣ ਤੋਂ ਪਹਿਲਾਂ, ਮੇਰੀ ਆਰਬਲਾ ਇੱਕ ਦੋ ਦਿਨ ਦੀ ਹੈ। ਸਤਿਗੁਰੂ ਨੂੰ ਸਾਰਾ ਕੁਛ ਪਤਾ ਸੀ ਵੀ ਕੀ ਕੁਛ ਵਾਪਰਨਾ, ਕੀ ਕੁਛ ਅੱਗੋਂ ਵਾਪਰਨਾ। ਮੇਰਾ ਕਾਨ ਤੁਰਕਾਨ ਪ੍ਰਹਾਨੋ, ਸੇਵਕਾਨ ਰੱਛੋ ਬਲਥਾਨ। ਤੈਨੂੰ ਤੇਰੀ ਬਲ ਕਰਕੇ ਗੁਰੂ ਰੱਖਿਆ ਕਰੇਗਾ, ਬਿਨਾਂ ਤੇਰੀ ਤੋਂ ਤਾਂ ਜਾਣਾ ਹੈ। ਪਹੁੰਚੋ ਈਸ਼ਵਰ ਅੰਸਹਿ ਅਰਪੋ, ਵਧੈ ਪ੍ਰਤਾਪ ਜਹਾਨ ਮਹਾਨ। ਸਤਿਗੁਰੂ ਗੁਰੂ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਤਾ ਨਾਨਕੀ ਨੂੰ ਇਹ ਵਚਨ ਦਿੱਤੇ ਸਨ ਕਿ ਤੂੰ ਆਪਣੇ ਪੋਤਰਾ ਉਹਨੂੰ ਖੜਾ ਕੇ ਫਿਰ ਸੰਸਾਰ ਦਾ ਤਿਆਗ ਕਰੇਗੀ। ਜਿਹੜੇ ਤੇਰੇ ਘਰ ਪੋਤਰਾ ਆਵੇਗਾ ਉਹ ਮਹਾਂਬਲੀ, ਮਹਾਂਪ੍ਰਤਾਪੀ, ਮਹਾਂਦਾਨੀ, ਤਿੰਨ ਵਾਰ ਦਿੱਤੇ ਸਨ ਸਤਿਗੁਰੂ ਜੀ। ਜਗ ਨੂੰ ਏਡਾ ਵੱਡਾ ਦਾਨੀ ਨਹੀਂ ਦਿਖਣਾ ਕਦੇ, ਨਾ ਦਿਖਿਆ ਪਿੱਛੇ ਨਾ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ। ਮਹਾਂਪ੍ਰਤਾਪੀ, ਜਿਹਦਾ ਪ੍ਰਤਾਪ ਇੰਨਾ ਵੱਡਾ ਹੋਵੇਗਾ ਨਾ ਜਗ ਨੇ ਦੇਖਿਆ ਨਾ ਅੱਗੋਂ ਦੇਖਣਾ ਕਿਸੇ ਨੇ। ਮਹਾਂਬਲੀ, ਜਿਹਦੇ ਵਰਗਾ ਬਲ ਨਾ ਸੰਸਾਰ ਨੇ ਦੇਖਿਆ ਨਾ ਅੱਗੋਂ ਕਦੇ ਦੇਖੇਗਾ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਵਚਨ ਕੀਤੇ ਸਨ ਕਿ ਇੰਨੀ ਸੋਭਾ ਵਧੇਗੀ, ਗੁਰੂ ਨਾਨਕ ਪਾਤਸ਼ਾਹ ਦੀ ਸੋਭਾ ਨੂੰ ਅਸਮਾਨਾਂ ਤੱਕ ਲੈ ਕੇ ਜਾਣਗੇ। ਸੋ ਇਹ ਵਚਨ ਛੇਵੀਂ ਪਾਤਸ਼ਾਹੀ ਨੇ ਦਿੱਤੇ ਸਨ ਤੇ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਖਾਤਰ ਬੋਲਦੇ ਹਨ। ਪਹੁੰਚੋ ਈਸ਼ਵਰ ਅੰਸਹਿ ਅਰਪੋ,
ਜਾ ਕੇ ਇਹ ਗੁਰਿਆਈ ਹੈ ਜਿਹੜੀ ਈਸ਼ਵਰ ਅੰਸ਼ ਹੈ, ਈਸ਼ਵਰ ਦੀ ਅੰਸ਼ ਹਨ ਗੋਬਿੰਦ ਰਾਏ, ਇਹ ਧਰਤੀ ਦੇ ਉੱਤੇ ਆਏ, ਵਾਹਿਗੁਰੂ ਦੀ ਆਪ ਹੀ ਅੰਸ਼ ਬਣ ਕੇ ਆਏ ਹਨ। ਵਧੇ ਪ੍ਰਤਾਪ ਜਹਾਨ ਮਹਾਨ, ਉਹਨਾਂ ਦਾ ਪ੍ਰਤਾਪ ਇਸ ਜਹਾਨ ਦੇ ਵਿੱਚ ਬਹੁਤ ਵੱਡਾ ਵਧੇਗਾ, ਇੰਨਾ ਪ੍ਰਤਾਪ ਵਧੇਗਾ। ਲੇਕਰ ਗਮਨ ਥਿਓ ਨ ਮਾਰਗ, ਗੁਰਬਲ ਤੇ ਪਹੁੰਚੇ ਉੱਪਰ ਆਏ, ਕਹਿੰਦੇ ਮੈਨੂੰ ਕਿਤੇ ਵੀ ਰਸਤੇ ਵਿੱਚ ਵਿਘਨ ਨਾ ਪਿਆ, ਗੁਰੂ ਸਤਿਗੁਰੂ ਜੀ ਨੇ ਬਲ ਦਿੱਤਾ, ਮੈਂ ਇੱਥੇ ਆ ਗਿਆ। ਕਲਗੀ ਤਰਸੋਂ ਕਰ ਗੁਰਸਿਮਰਨ, ਕਰ ਉਰ ਮਹਿਲੇ ਆਏ। ਸੋ ਸਭਾ ਸਹਿਤ ਕਲਗੀ ਤਰਸੋਂ ਕਰ ਗੁਰਸਿਮਰਨ, ਕਰ ਉਰ ਮਹਿਲੇ ਆਏ। ਸੋ ਸਤਿਗੁਰੂ ਪਾਤਸ਼ਾਹ ਸੱਚੇ ਪਾਤਸ਼ਾਹ ਸਿਮਰਨ ਕਰਕੇ ਸਭਾ ਸਹਿਤ ਉਸ ਸਿੱਖ ਨੂੰ ਲੈ ਕੇ ਆਏ। ਬੰਦ ਹੱਥ ਬੰਧਨ ਕਰ ਪੁਰਪੁਨ, ਅਲ ਗੁਰੂ ਗਤ ਲਗੀ ਨਾ ਜਾਏ। ਮਾਤ ਨਾਨਕੀ ਜੈ ਸ੍ਰੀ ਗੁਜਰੀ, ਪਹੁੰਚ ਸਿੱਖ ਕਰ ਨਮੋ ਸੁਣਾਏ। ਸੋ ਸਾਰੇ ਜਦੋਂ ਸਿੱਖ ਆ ਗਿਆ, ਨਮੋ ਕੀਤੀ, ਨਮਸਕਾਰ ਕੀਤੀ, ਨਮਸਕਾਰ ਕੀਤੀ, ਮਾਤ ਗੁਜਰੀ ਵੀ ਆਏ, ਮਾਤਾ ਨਾਨਕੀ ਜੀ ਵੀ ਆਏ। ਦੀਰਘ ਸਵਾਸ ਤਪਤ ਅਤ ਚੋਰਤ, ਲੋਚਨ ਜਲ ਝਲਕਿਓ ਤਤਕਾਲ। ਸੋ ਇਹ ਗੁਰਿਆਈ ਸੀ ਜਿਹੜੀ ਗੁਰਿਆਈ ਦੀ ਪ੍ਰਾਪਤ ਹੋ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ। ਫਿਰ ਸਿੱਖ ਹੈ ਜਿਹੜਾ ਸਤਿਗੁਰੂ ਨੇ ਘੋੜ ਸਵਾਰ ਭੇਜੇ ਸਨ, ਦੋ ਘੋੜ ਸਵਾਰ ਭੇਜੇ ਸਨ ਕਿ ਜਦੋਂ ਵੀ ਦਿੱਲੀ ਵਾਲੇ ਪਾਸੇ ਤੋਂ ਕੋਈ ਵੀ ਸਿੱਖ ਆਉਂਦਾ ਤਾਂ ਸਾਨੂੰ ਫਟਾਫਟ ਖਬਰ ਕਰ ਦੇਣੀ। ਮਹਾਰਾਜ ਨੇ ਪਾਲਕੀ ਤਿਆਰ ਕਰਵਾ ਕੇ ਰੱਖੀ ਹੋਈ ਸੀ। ਸੋ ਸਿੱਖ ਹੈ ਜਿਹੜਾ ਉਹ ਭਾਈ ਜੈਦਾ ਸੀ, ਜਿਹੜਾ ਮਹਾਰਾਜ ਦਾ ਸੀਸ ਲੈ ਕੇ ਆ ਰਿਹਾ ਸੀ। ਸੋ ਉਸ ਸੀਸ ਜਦੋਂ ਲਿਆਂਦਾ ਹੈ, ਉਸ ਦੀ ਕਥਾ ਤੱਕਦੀ ਹੈ। ਮਾਤਾ ਗੁਜਰੀ ਤੇ ਮਾਤਾ ਨਾਨਕੀ ਇਹ ਵੀ ਪਹੁੰਚੇ ਹਨ, ਭਾਈ ਜੈਦੇ ਨੂੰ ਲੈ ਕੇ ਆਏ ਹਨ ਸਤਿਗੁਰੂ ਜੀ। ਦੀਰਘ ਸਵਾਸ ਤਪਤ ਅਤੇ ਜੋਤ, ਲੋਚਨ ਜਲ ਝਲਕਿਓ ਤਤਕਾਲ। ਜਦੋਂ ਹੀ ਉਹ ਸਿੱਖ ਦੇ ਦਰਸ਼ਨ ਕੀਤੇ ਹਨ, ਸਿੱਖ ਦੇ ਅੱਖਾਂ ਦੇ ਵਿੱਚੋਂ ਵੀ ਜਲ ਵਸਦਾ ਹੈ, ਮਾਤਾਵਾਂ ਦੇ ਅੱਖਾਂ ਦੇ ਵਿੱਚੋਂ ਵੀ ਜਲ ਵਸਦਾ ਹੈ। ਸੋ ਲੰਬੇ ਲੰਬੇ ਸਵਾਸ ਸਿੱਖ ਲੈਂਦਾ ਹੈ, ਥੱਕਿਆ ਹੋਣ ਕਰਕੇ ਮਾਤਾ ਵੀ ਲੰਬੇ ਲੰਬੇ ਸਵਾਸ ਲੈਂਦੇ ਵੀ ਕੀ ਭਾਣਾ ਵਰਤ ਗਿਆ ਹੈ। ਚਹਿ ਕਰੈ ਬਿਨ ਬਿਰਮ ਸਭ ਕੁਛ, ਬਸ ਤੁਰ ਪੇ ਸੁਰ ਕੇ ਅਸਹਾਲ, ਧਨ ਧਨ ਗੁਰ ਅਚਰਜ ਚੜਤਾ, ਕਿਉਂ ਕੋ ਬਾਪ ਕਹਿ ਕਿਸ ਨਾਲ। ਕਹਿੰਦਾ ਮੈਂ ਬਾਪ ਕਿਹੜੀ ਗੱਲ ਕਰਾਂ, ਕੋਈ ਗੁਰੂ ਦੇ ਚਰਿੱਤਰ ਧਨ ਹਨ, ਹੈਰਾਨੀਜਨਕ ਚਰਿੱਤਰ ਜਿਹੜੇ ਸਤਿਗੁਰੂ ਜੀ ਨੇ ਕਰ ਦਿੱਤੇ ਹਨ। ਅਵਧ ਓਜ ਕੀ, ਅਵਧ ਧੀਰ ਕੀ, ਅਵਧ ਅਵਗਿਆ ਲਹੀ ਸਹਾਰ। ਇੰਨਾ ਪ੍ਰਤਾਪ ਗੁਰੂ ਤੇਗ ਬਹਾਦਰ ਮਹਾਰਾਜ ਦਾ, ਇੰਨੀ ਧੀਰਜ ਦੀ ਸਮਰੱਥਾ, ਅਵਧ ਧੀਰ ਕੀ, ਇੰਨੀ ਧੀਰਜ ਸਤਿਗੁਰਾਂ ਦੇ ਅੰਦਰ, ਇੰਨਾ ਓਜ ਪ੍ਰਤਾਪ ਸਤਿਗੁਰਾਂ ਦੇ ਅੰਦਰ, ਅਵਧ ਅਵਗਿਆ ਲਹੀ ਸਹਾਰ, ਇੰਨੀ ਅਵਗਿਆ ਕੀਤੀ ਸਤਿਗੁਰੂ ਸਾਹਿਬ ਜੀ ਦੀ ਉਹਨਾਂ ਨੇ। ਪਰ ਧੰਨ ਹਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਇੰਨਾ ਬਲ ਹੁੰਦੇ ਹੋਏ, ਇੰਨਾ ਧੀਰਜ ਹੁੰਦੇ ਹੋਏ ਤੇ ਇੰਨਾ ਤਾਕਤ, ਇੰਨਾ ਇੰਨੀ ਅਵਗਿਆ ਦੀ ਸਹਿਣਸ਼ੀਲਤਾ ਸਤਿਗੁਰੂ ਦੇ ਅੰਦਰ ਸੀ, ਸਭ ਕੁਛ ਸਹਾਰ। ਤੇ ਬਾਬਾ ਫਰੀਦ ਜੀ ਦਾ ਵਚਨ ਆਇਆ ਬਾਣੀ ਦੇ ਵਿੱਚ, ਜਿਹੜਾ ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦਾ ਆਪ ਬਣਾਏ, ਉਹ ਐਸਾ ਭਗਤ ਕਹਾ। ਸਤਿਗੁਰੂ ਤਾਂ ਭਗਤਾਂ ਦੇ ਸ਼੍ਰੋਮਣੀ ਸਨ। ਮਾਣ ਹੁੰਦੇ ਹੋਏ ਆਪਣੇ ਆਪ ਨੂੰ ਨਿਮਾਣਾ ਸਮਝਣਾ, ਤਾਣ ਹੁੰਦੇ ਹੋਏ ਆਪਣੇ ਆਪ ਨੂੰ ਨਿਤਾਣਾ ਸਮਝਣਾ, ਅਣ ਹੁੰਦਾ ਆਪ ਬਣਾਏ, ਉਹ ਐਸਾ ਭਗਤ ਸੁਣਾ, ਐਸਾ ਭਗਤ ਜਿਹੜਾ ਹੈ ਏਡੀ ਉੱਚੀ ਅਵਸਥਾ ਦੇ ਉੱਤੇ ਪਹੁੰਚਦਾ। ਸੋ ਗੁਰੂ ਪਾਤਸ਼ਾਹ ਦੇ ਅੰਦਰ ਇੰਨਾ ਮਾਣ ਹੁੰਦੇ ਹੋਏ, ਇੰਨਾ ਧੀਰਜ ਹੁੰਦੇ ਹੋਏ, ਇੰਨੀ ਸਹਿਣਸ਼ੀਲਤਾ ਹੁੰਦੇ ਹੋਏ ਸਤਿਗੁਰੂ ਜੀ ਨੇ ਇੰਨਾ ਦੁੱਖ ਸਹਾਰਿਆ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਵੀ ਹੱਦ ਕਰ ਦਿੱਤੀ ਮਹਾਰਾਜ ਨੇ, ਸਾਰੀਆਂ ਜਿਹੜੀਆਂ ਹਨ ਹੱਦਾਂ ਨੇ ਉਹ ਪਾਰ ਕਰ ਦਿੱਤੀਆਂ। ਤੁਮ ਬਿਨ ਕੌਣ ਕਰਾਇਆ ਸਕਾਰ, ਹਿੰਦੂ ਧਰਮ ਉਹ ਧਰ ਕਰ ਭਾਰ। ਸੋ ਹਿੰਦੂ ਧਰਮ ਹੈ ਜਿਹੜਾ, ਉਹਦਾ ਸਾਰੇ ਦੁੱਖਾਂ ਦਾ ਭਾਰ ਆਪਣੇ ਸਿਰ ਉੱਪਰ ਸਤਿਗੁਰੂ ਜੀ ਨੇ ਲਿਆ। ਇੰਨਾ ਭਾਰ ਕੌਣ ਚੱਕ ਸਕਦਾ ਸੀ, ਇੰਨਾ ਕਰਮ ਕੌਣ ਕਰ ਸਕਦਾ ਸੀ ਹਿੰਦੁਸਤਾਨ ਦੇ ਵਿੱਚ। ਮੈਂ ਪ੍ਰੋਫੈਸਰ ਪੂਰਨ ਸਿੰਘ ਬੜੇ ਸਾਧ ਸਨ, ਭਾਈ ਵੀਰ ਸਿੰਘ ਦੇ ਕੋਲ ਬੈਠ ਕੇ ਉਹਨਾਂ ਨੇ ਸਿੱਖੀ ਪ੍ਰਾਪਤ ਕੀਤੀ, ਆਪਣੀ ਕੌਮ ਦੇ ਬੜੇ ਪੜ੍ਹੇ ਲਿਖੇ ਵਿਦਵਾਨਾਂ ਚੋਂ, ਦੁਨੀਆਂ ਦੇ ਸ਼੍ਰੋਮਣੀ ਕਵੀਆਂ ਦੇ ਵਿੱਚੋਂ, ਤੇ ਗੁਰਸਿੱਖੀ ਬਾਰੇ ਬਹੁਤ ਉੱਚੇ ਸੁੱਚੇ ਸਿਧਾਂਤ ਉਹਨਾਂ ਨੇ ਲਿਖੇ। ਤੇ ਉਹ ਇੱਕ ਜਗ੍ਹਾ ਆਪਣੇ ਦ ਸਪਿਰਿਟ ਆਫ ਦ ਸਿੱਖ, ਉਹਨਾਂ ਦੀ ਅੰਗਰੇਜ਼ੀ ਦੇ ਵਿੱਚ ਬਹੁਤ ਸੋਹਣੀਆਂ ਕਿਤਾਬਾਂ ਲਿਖੀਆਂ ਹੋਈਆਂ ਨੇ। ਜਿਹੜੇ ਨੌਜਵਾਨ, ਜਿਹੜੇ ਪੜ੍ਹੇ ਲਿਖੇ ਨੇ ਸਕੂਲਾਂ 'ਚ ਪੜ੍ਹਨ ਵਾਲੇ, ਉਹਨਾਂ ਨੂੰ ਪ੍ਰੋਫੈਸਰ ਪੜ੍ਹਨਾ ਚਾਹੀਦਾ ਅੰਗਰੇਜ਼ੀ ਦੇ ਵਿੱਚ, ਬਹੁਤ ਸੁੰਦਰ ਇੱਕ ਇੰਗਲਿਸ਼ ਉਹਨਾਂ ਨੇ ਲਿਖੀ ਹੈ। ਉਹ ਕਹਿੰਦੇ ਜਿਹੜਾ ਹਿੰਦੂ ਹੈ, ਹਿੰਦੂ ਧਰਮ ਨੂੰ
महाराज ने बड़ा दान दिता, इन्हों की बांह फड़ के इन्हों नरक के विचों कढ़िया। इन्हों समझ नहीं सी इतनी, पर गुरु नूं समझ सी भी ये नरक के विच डिगे हुए ने। जे ये गुरु के रस्ते दे उत्ते तुर पैण तां इन्हों का बचाव हो सकता है हिंदुस्तान कि ये सारी दुनिया के उत्ते राज कर। पर कहना होया कि गुरु पातशाह ने कुरबानी दिती, गुरुआं ने दान दिता, ये भुल गए। इन्हों ने गुरु नूं भुला दिता, पर गुरु ने इन्हों नूं भुलाया। हुण तुसीं अंदाजा ला के देख लो भई हिंदुस्तान दे विच जो कुछ होया, 84 दे विच जो कुछ होया, सारा ही हिंदुस्तान सी जिहड़ा बिना मतलब तो, बिना किसी सोच तो, बिना समझ तो, सूझ तो सारी सिखां दे विरुद्ध हो गए। बिना किसी मतलब तो तुरे जाते सिख नूं, जिहदे कृपान पाई हुई है, गात्रा पाए, किसी नूं कहना कुछ नहीं, उहनूं मुखौल करी जाणा, मार देना बिना तो। पुलिस वाले ने जिहड़े बिना मतलब तो गुरु साहिब नूं, गुरु गोबिंद सिंह महाराज नूं भैड़े बोलने, घर गंदे बोल बोलने, ये मत किधर गई है। जिहड़े गुरु ने एडा वड्डा दान दे के नरक दे विचों कढ़िया, जे गुरु नूं बोल दित्ते तुसीं गुरु नूं ऐसा बोल बोलण लगे, अगों नरक ने भी संभालना। नरक भी संभालता जिहड़ा गुरु नूं गोपत वे, गुरु नूं निंदिया कर दे गुरु दी, जिहड़ा गुरु के सिखां दा हाल करदा उहदा की हाल होऊ। सो ये हाल ਹੁੰਦਾ ਹੈ, ਇਸ ਕੌਮ ਨੇ ਭੁਲਾ ਦਿੱਤਾ। ਸੋ ਅਫਸੋਸ ਕਰਦੇ ਹਨ, ਪ੍ਰੋਫੈਸਰ ਪੂਰਨ ਸਿੰਘ ਲਿਖਦੇ ਹਨ ਕਿ ਅਫਸੋਸ ਹੈ ਕਿ ਇਹ ਭੁੱਲ ਚੁੱਕੇ ਭੁੱਲੇ ਭੁੱਲ ਗਏ ਨੇ, ਇਹਨਾਂ ਨੇ ਭੁਲਾ ਦਿੱਤਾ, ਜਿਵੇਂ ਹੀ ਗੁਰੂਆਂ ਨੂੰ ਭੁਲਾ ਦਿੱਤਾ। ਦੇਖੋ ਰਵਿੰਦਰ ਨਾਥ ਟੈਗੋਰ, ਅਰਵਿੰਦੋ ਘੋਸ਼ ਹਿੰਦੂ ਕੌਮ ਦੇ ਵੱਡੇ ਵੱਡੇ ਇਹ ਵਿਦਵਾਨ ਹਨ, ਅਧਿਆਤਮਕ ਇਹ ਵੇਦਾਂ ਦੀ ਖੋਜ ਕਰਦੇ ਨੇ, ਉਪਨਿਸ਼ਦਾਂ ਦੀ ਖੋਜ ਕਰਦੇ ਨੇ, ਗੀਤਾ ਦੀ ਖੋਜ ਕਰਕੇ ਇਹਦੇ ਨਵੇਂ ਅਰਥ ਦੇਣ ਲੱਗੇ ਨੇ। ਇਹਨਾਂ ਦੇ ਵਿੱਚ ਹਿੰਦੁਸਤਾਨ ਦਾ ਸਾਰਾ ਇਤਿਹਾਸ, ਦੁਨੀਆਂ ਦਾ ਭਵਿੱਖ ਲਿਖਿਆ ਹੋਇਆ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਹੈ, ਕਹਿੰਦਾ ਗੁਰੂ ਸਾਹਿਬਾਨ ਨੇ ਇਹ ਸਾਰੀ ਗੱਲ 500 ਸਾਲ ਪਹਿਲਾਂ ਲਿਖ ਕੇ ਦੇ ਦਿੱਤੀ ਕਿ ਨਵੀਂ ਵਿਆਖਿਆ, ਨਵੀਂ ਗੀਤਾ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਹੈ, ਨਵਾਂ ਵੇਦ ਹੈ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਲਿਖ ਕੇ ਦੇ ਦਿੱਤਾ ਕਿ ਇਸ ਦੇ ਚਰਨਾਂ 'ਚ ਲੱਗੋਗੇ ਤੁਹਾਨੂੰ ਸਾਰਾ ਕੁਛ ਪ੍ਰਾਪਤ ਹੋ ਜਾਊ। ਭੁੱਲੀ ਹੋਈ ਮੱਤ ਕਿੱਧਰ ਫਿਰਦੀ। ਸੋ ਇਹ ਦਾਨ ਸਤਿਗੁਰੂ ਸਾਹਿਬ ਜੀ ਨੇ ਦਿੱਤਾ ਹੈ, ਪਰ ਇਸ ਕੌਮ ਨੇ ਆਪਣੀ ਝੋਲੀ ਵਿੱਚ ਪਵਾਇਆ ਨਹੀਂ, ਜਿਹਦੇ ਕਰਕੇ ਇਹ ਕਲੇਸ਼ ਗਲ ਦੇ ਵਿੱਚ ਪਏ ਹੋਏ, ਆਪ ਦੁਖੀ ਹਨ। ਅਤੇ ਸਿੱਖ ਹਨ ਜਿਹੜੇ ਜਿਹਨਾਂ ਨੂੰ ਖੜਗਵਾਂ ਕਿਹਾ ਜਾਂਦਾ ਹੈ, ਉਹ ਵੀ ਦੁਖੀ ਕਰ ਸਕਦੇ। ਕਈ ਵਾਰ ਰਾਜਨੀਤੀ ਜਿਹੜੀ ਏਡੀ ਏਡੀ ਕੋਝੀ ਖੇਡ ਖੇਡਦੀ ਹੈ, ਅਤੇ ਸਾਨੂੰ ਕਿਹਾ ਜਾਂਦਾ ਵੀ ਤੁਸੀਂ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋ ਗਿਆ ਉਹਨੂੰ ਭੁੱਲ ਜਾਓ। ਤੇ ਜਿਹੜੇ ਸਿਆਣੇ ਸਿੱਖ ਨੇ ਉਹ ਕਹਿੰਦੇ ਨੇ ਵੀ ਰਾਮਚੰਦਰ ਜੀ ਨੇ ਰਾਵਣ ਨੇ ਕੀ ਕੀਤਾ ਸੀ, ਸੀਤਾ ਚੁੱਕੀ ਸੀ, ਉਸ ਗੱਲ ਨੂੰ ਤਾਂ ਸਾਰਾ ਹਿੰਦੂ ਜਗਤ ਅਜੇ ਭੁੱਲਿਆ ਨਹੀਂ। ਉਹ ਸਤਯੁਗ ਦੇ ਵੇਲੇ ਦੀ ਗੱਲ ਹੈ, ਇਹ ਕੱਲ੍ਹ ਦੀ ਗੱਲ ਹੈ, ਇਹਨੂੰ ਕਿਵੇਂ ਭੁੱਲੀਏ। ਫਿਰ ਦੁਨੀਆਂ ਇਹ ਕਹਿ ਦਿੰਦੀ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ 40 ਸਿੱਖ ਸਨ, ਜਿਹੜੇ 40 ਸਿੱਖ ਮਰਾ ਦਿੱਤੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਖੱਟਿਆ। 84 ਦੇ ਵਿੱਚ ਜਿਹੜੀ ਮੂਵਮੈਂਟ ਤੁਰੀ, ਸੰਤ ਜਰਨੈਲ ਸਿੰਘ ਨੇ ਸ਼ਹੀਦੀਆਂ ਪਾ ਕੇ ਦਰਬਾਰ ਸਾਹਿਬ ਢਾ ਦਿੱਤਾ, ਸਿੱਖਾਂ ਨੇ ਕੀ ਖੱਟਿਆ। ਪਰ ਕੋਈ ਬੰਦਾ ਇਸ ਗੱਲ ਦਾ ਜਵਾਬ ਨਹੀਂ ਦੇ ਸਕਦਾ ਵੀ ਅੱਜ ਸਿੱਖ ਹੈ ਜਿਹੜਾ ਉਹ ਇਹੋ ਜਿਹੀ ਅਵਸਥਾ ਦੇ ਵਿੱਚ, ਕੋਈ ਸਿੱਖ ਦੁੱਖ ਦੇ ਵਿੱਚ ਹੋਵੇ, ਜਦੋਂ ਦੁੱਖ ਆਉਂਦਾ ਹੈ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ 4 ਸਾਲ ਜਦ ਦਾਨ ਦਿੱਤੇ ਸਨ, ਸਾਰੇ ਦੁੱਖ ਭੁੱਲ ਜਾਂਦੇ। ਜੰਗ ਦੇ ਮੈਦਾਨ ਦੇ ਵਿੱਚ ਸਿੱਖ ਹੋਵੇ ਤੇ ਕੱਲਾ ਹੀ ਹੋਵੇ, ਕੱਲਾ ਹੀ ਬਚਿਆ ਹੋਵੇ, ਤੇ ਉੱਥੇ ਯਾਦ ਕਰ ਲੈਂਦਾ ਮਹਾਰਾਜ ਨੂੰ 10 ਲੱਖ ਨੇ ਘੇਰਿਆ ਸੀ, ਮੈਂ 1.25 ਲੱਖ ਦੇ ਬਰਾਬਰ, ਟੁਕੜੇ ਟੁਕੜੇ ਹੋ ਕੇ ਮਰ ਜਾਂਦਾ। ਤੋ ਸਤਿਗੁਰੂ ਦੇ ਦਰਸ਼ਨ, ਸਤਿਗੁਰੂ ਦੀ ਕੀਤੀ ਕੁਰਬਾਨੀ, ਸਿੱਖਾਂ ਦੀ ਕੀਤੀ ਕੁਰਬਾਨੀ ਹੈ ਜਿਹੜੀ, ਇਹ ਇੱਕ ਸਾਡੇ ਖਾਤਰ ਭਾਵਾਤਮਕ ਚਿੰਨ ਬਣ ਗਿਆ। ਕੋਈ ਪਤਾ ਨਹੀਂ, ਚਾਹੇ ਐਟਮ ਬੰਬ ਹੋਣ ਦੁਨੀਆਂ ਦੇ ਕੋਲ, ਚਾਹੇ ਕੁਛ ਹੋਵੇ, ਜਦੋਂ ਸਿੱਖਾਂ ਦੇ ਅੰਦਰ ਬਲ ਸਤਿਗੁਰੂ ਨੇ ਭਰ ਦਿੱਤਾ, ਇਹ ਐਟਮ ਬੰਬ ਨੂੰ ਸਭ ਚੱਕ ਕੇ ਮਾਰਨੇ ਸਿੱਖਾਂ ਦਾ ਰਾਜ ਉਸ ਵੇਲੇ ਹੀ ਹੋ ਜਾਂਦਾ। ਕੋਈ ਹੱਦਾਂ ਨਹੀਂ ਸਿੱਖਾਂ ਦੇ ਖਾਤਰ, ਸਿੱਖ ਹੱਦਾਂ ਤੋਂ ਪਰੇ ਹੈ। ਸੋ ਸਿੱਖ ਨੂੰ ਮਹਾਰਾਜ ਨੇ ਇਸ ਬ੍ਰਹਿਮੰਡ ਦਾ ਸ਼ਹਿਰੀ ਬਣਾਇਆ, ਕੋਸਮੋਪੋਲੀਟਨ ਜਿਹਨੂੰ ਆਪਾਂ ਕਹਿੰਦੇ ਹਾਂ। ਸਿੱਖ ਦੀ ਕੋਈ ਜਾਤ ਨਹੀਂ ਕਿਸੇ ਹੱਦ ਦੇ ਵਿੱਚ ਨਹੀਂ, ਸਿੱਖ ਬੇਹੱਦ ਵਾਹਿਗੁਰੂ ਦੇ ਨਾਲ ਜੁੜਿਆ ਹੋਣ ਕਰਕੇ ਇਸ
बेहद वाहेगुरु के देश दे विच उहदे देश दा वासी है। तो जदों जदों बल हथ दिता सतगुरु ने, जदों सतगुरु ने कृपा कर दिती, उदों ही हरेक सिख है जिहड़ा चाहे वह किसी अवस्था के विच है गुरु जी नूं याद करके उस वेले उहने तुर पैणा। सो इह दान है सतगुरु जी ने दिता। कदे कदे सिख नूं इह नहीं सोचना चाहीदा कि साडी गिणती थोड़ी है, कदे इह नहीं सोचना चाहीदा कि दुनिया दे विच वड्डे वड्डे हथियार ने। सतगुरु है जिहड़ा उह निरभय होके विच रहा, उन्हें 10 लाख की परवाह नहीं की, उन्हें अपने पुत्रां की परवाह नहीं की, उन्हें धन दौलत की परवाह नहीं की। पिछले अखबार तुम पढ़िया होना है, पिछले अखबार में एक सिंह ने बड़ी खोज वाली गल दी। जो गुरु गोबिंद सिंह महाराज सच्चे पातशाह मुकतसर के वल आ रहे सन, तो उत्थे जिहड़े बराड सन, बराड आपां कई बार जात का मान करते हैं पर सतगुरु ने जात कोई नहीं, सब जात जाके टोए विच पा के कट दित्तियां ने जातां पा। ते महाराज ने कह दिता देही जात ना अग्गे जाए, जां देह नहीं जाणी जात नूं की सिर ते चक के लैके जाएगा, देही इत्थे खतम हो जाणी, जात की करेगा तू। सो बराड़ा ने महाराज को पैसे है सी, बराड़ कहिंदे सानूं महाराज पैसे दे दो। महाराज कहिंदे सिंघो जिहड़ा खजाना नष्ट होया होया है बई उड़ीक कर लो। ते इहो जिहे सन उह सिख सतगुरु दे बराड, उन्होंने घोड़े दीआं बागां फड़ीआं बेहो के कि असीं अगे तैनूं तुरन नहीं दिंदे, पहले साडी तनखाह इत्थे रख के कढ के रख। ते उस करतार सरूप गुरु गोबिंद सिंह महाराज घोड़े ते सवार ने अखां मूंद कर लईआं, मुख जदों अखां खोलीआं सिख खच्चरां दा भरिआ होइआ खजाना ना खजाना भरिआ होइआ खच्चरां दे उत्ते लद्दिआ होइआ उह आ गिआ। दोवें हथ जोड़ के नमस्कार कीती, हे पुत्रां दे दानी आप जाना मैं दसवंध मगर मगर लई फिरदा, मैनूं तुहाडे दर्शन ही हुंदे आ चुके। ते महाराज ने सोने दीआं मोहरां ढालां भर भर दित्तीआं। तदों जदों ढाल भर के इक दिंदे ना कहिण लगे सिखा तैनूं सिखी चाहीदी है ते तैनूं माया चाहीदी है। जिन्ने बराड़ सन जिन्हां ने बागां फड़ीआं ना उह कहिण लगे महाराज सिख तां असीं हैगे, सानूं कहिंदे माया ही दे दो। महाराज ने भर भर के ढाल माया दे दित्ती। ते जदों आई वारी दान सिंह दी, ए भी बराड सी, तो दान सिंह दी वारी आई, कहिंदे मित्रा भाई दान सिंह आ दस की चाहीदा। कहिंदे हथ जोड़ खड़ के कहिंदे नाले तां सतगुरु जी आप दी राही जवान तो मैनूं मित्र शब्द प्राप्त हो गया, नाले भाई दा शब्द प्राप्त हो गया, सतगुरु इन्ना ही इन्नी कृपा कीती मेरे उत्ते, ते मेरे ते जे तरस की पै ना तुसीं मैनूं सिखी दा ही दान दे। छाती दे नाल ला लिया निहाल दान सिंह निहाल, ते ओ निहाल कहा होया शब्द उहनां दी वंश तक गया। इह उथों उठे हुए निहाल भाई दान सिंह दी वंश दे लोग रोडे पिंड दे आले दुआले आ के वस गए। उस वंश दे विचों बाबा जोगिंदर सिंह बराड होया, जिहदा पुत्र बाबा जरनैल सिंह सी। ते दूजे सन जिहड़े बागां फंड वाले ਉਹ ਕਹਿੰਦੇ ਉਹ ਉੱਠੇ ਤੇ ਉੱਠ ਕੇ ਆ ਕੇ ਪੱਤੋ ਹੀਰਾ ਸਿੰਘ ਦੀ ਕੋਲ ਆ ਕੇ ਵਸ ਗਏ। ਉਹਨਾਂ ਦੀ ਵੰਸ਼ ਦੇ ਵਿੱਚੋਂ ਇੱਕ ਅਦੀਪ ਬਰਾੜ ਜੀ ਨੇ ਹਮਲਾ ਕੀਤਾ ਦਰਬਾਰ ਸਾਹਿਬ ਦੇ, ਉਹਨਾਂ ਦੇ ਵੰਸ਼ ਦੇ ਵਿੱਚ ਉਹ ਸੀ। ਧਰਮ ਦਾ ਸਤਿਗੁਰੂ ਦਾ ਸਤਿਕਾਰ ਕਰਨਾ ਤੇ ਸਤਿਗੁਰੂ ਦੀ ਬੇਅਦਬੀ ਕਰਨੀ, ਇਹਦਾ ਫਲ ਇਹ ਕੁਲਾਂ ਤੱਕ ਪੀੜ੍ਹੀਆਂ ਤੱਕ ਜਾਂਦਾ ਦੋਵੇਂ ਪਾਸੇ ਦੇਖ ਲਓ। ਇੱਕ ਰਾਖੀ ਕਰਨ ਵਾਲੇ ਨੇ, ਇੱਕ ਦਰਬਾਰ ਸਾਹਿਬ ਤੇ ਹਮਲਾ ਕਰਨ, ਉਸ ਕੁਰਬਾਨੀ ਕਰਕੇ ਉਹਦੀ ਵੀ ਔਲਾਦ ਵਸਦੀ ਹੈ, ਵੰਸ਼ ਵਸਦੀ ਹੈ, ਔਰ ਬਾਬੇ ਜਰਨੈਲ ਸਿੰਘ ਨੂੰ ਸਾਰੀ ਦੁਨੀਆ ਸਤਿਕਾਰ ਕਰਦੀ ਹੈ। ਪੁਲਿਸ ਨੇ ਜ਼ੋਰ ਲਾ ਲਿਆ, ਮਿਲਟਰੀ ਨੇ ਜ਼ੋਰ ਲਾ ਲਿਆ ਬਈ ਲੋਕਾਂ ਦੇ ਦਿਲਾਂ ਦੇ ਵਿੱਚੋਂ ਨਿਕਲ ਜਾਵੇ। ਆਹ ਜਿਹੜੇ ਨੌਜਵਾਨ ਬੈਠੇ ਹਨ ਇਹ ਵੀ ਉਹਦੀਆਂ ਮੂਰਤਾਂ ਨੇ ਜਿਹੜੀਆਂ ਫੋਟੋਆਂ ਆਪਣੇ ਮਰੈਣਾਂ ਦੇ ਵਿੱਚ ਪਾਈ ਫਿਰਦੇ, ਘਰਾਂ ਦੇ ਵਿੱਚ ਲਾਈ ਫਿਰਦੇ, ਕੁੜੀਆਂ ਜਿਹੜੀਆਂ ਬਾਅਦ 'ਚ ਜੰਮੀਆਂ ਨੇ ਕੁੜੀਆਂ ਉਹਦੀਆਂ ਫੋਟੋਆਂ ਦੋਸਤਾਂ ਦੇ ਵਿੱਚ ਲਾਈ ਫਿਰਦੀਆਂ। ਤੇ ਜਿਨ੍ਹਾਂ ਨੇ ਬਾਗਾਂ ਬਣੀਆਂ ਸਨ, ਜਿਹਨੇ ਬੇਅਦਬੀ ਕੀਤੀ ਸੀ, ਬੰਬੇ ਦੇ ਵਿੱਚੋਂ ਬਰਾੜ ਇਕੱਲਾ ਹੀ ਬਚਿਆ ਨਾ, ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲਾ ਮਿਲਟਰੀ ਦੀ ਛਾਉਣੀ ਦੇ ਵਿਚਾਲੇ ਰਹਿੰਦਾ, ਜਦ ਬਾਹਰ ਨਿਕਲਦਾ ਜਦੇ ਹਮਲਾ ਹੋ ਜਾਂਦਾ। ਸੋ ਇਹ ਹੈ ਇਤਿਹਾਸ ਸਾਡਾ, ਜਿਨ੍ਹਾਂ ਨੇ ਗੁਰੂ ਦਾ ਸਤਿਕਾਰ ਕੀਤਾ, ਗੁਰੂ ਦਾ ਇਤਿਹਾਸ ਸੁਣਿਆ, ਉਹਨਾਂ ਦੇ ਰੋਮ ਰੋਮ ਦੇ ਵਿੱਚ ਗੁਰੂ ਸ਼ਬਦ ਵਸ ਜਾਂਦਾ, ਉਹ ਸੁਖੀ ਹੁੰਦੇ ਨੇ। ਤੇ ਜਿਹੜੇ ਭੁੱਲ ਜਾਂਦੇ ਨੇ
ਉਹਨਾਂ ਦੀਆਂ ਪੀੜ੍ਹੀਆਂ ਵੀ ਗਾਹਾਂ ਦੁੱਖ ਪਾਉਂਦੀਆਂ ਚਲੇ ਜਾਂਦੀਆਂ। ਸੋ ਇਹ ਗੱਲ ਆਪਾਂ ਯਾਦ ਰੱਖੀਏ, ਰਹਿੰਦਾ ਜਿਹੜਾ ਕਾਰਜ, ਰਹਿੰਦਾ ਜਿਹੜਾ ਪ੍ਰਸੰਗ ਹੈ, ਆਪਾਂ ਅਗਲੀ ਵਾਰੀ ਪੜ੍ਹਾਂਗੇ। ਗੁਰੂ ਤੇਗ ਬਹਾਦਰ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਪਿਆਰ ਨਾਲ ਆਪਾਂ ਤਰੁਣ ਕਰਦੇ ਹਾਂ। ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਪੁੱਤਰਾਂ ਦੇ ਦਾਨੀ, ਤੇਰਾ ਬਖਸ਼ਿਆ ਹੋਇਆ ਇਤਿਹਾਸ, ਜਿਉਂਦਾ ਜਾਗਦਾ ਇਤਿਹਾਸ ਸਾਡੇ ਹਿਰਦੇ ਅੰਦਰ ਵਸੇ, ਤੇ ਜਿਹੜੀਆਂ ਪੀੜ੍ਹੀਆਂ ਜਿਹੜੇ ਗੁਰਸਿੱਖ ਸੁਣਦੇ ਹਨ ਉਹਨਾਂ ਨੂੰ ਵੀ ਰੀਸ ਆ ਕੇ ਤੇਰਾ ਇਤਿਹਾਸ ਕਮਾਉਣ ਦੀ। ਭੁੱਲਾਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।